Dhavan de Mubarak Azim Jalali Naam Vich Salaam Jai Masih Ki. Welcome to the program Jiyanu. Meri ameed hai ki tusi khushhal vich hain. Aaj mera mehman ek naujwan hai. Jinnan nu sunke tusi bade khush homoge. Is naujwan ne badi mehnat karke apne gale nu bada shandar banaya hai. Matlab inna di awaaz badi sunakhi hai aur badi surili hai. Aaj aapan unna na gal baat karange. ते उन्हां ना आपां गल्लां दे विचों निचोड़ कढ़ांगे कि उन्हें अपनी फिजिकल और स्पिरिचुअल लाइफ में किद्दां किद्दां यह जीवन दे विच सफर कीता हैगा. ये सब कुछ अज दे प्रोग्राम विच पेश होवेगा. जगतार जी और वर्शिपर ऑफ क्राइस्ट, वेलकम टू द प्रोग्राम जी. थैंक यू पास्टर जी. गॉड ब्लेस यू. प्रभु दा धन्यवाद. अज सोहणे ते सुंदर समय लई परमेश्वर दा बहुत धन्यवाद करदा कि तुसीं सानूं इस अपॉर्चुनिटी दित्ती, मौका दित्ता कि असीं प्रभु दी विच गल्लबात कर सकीए. डफली वालियो कुछ बजा के सुनाऊं? जरूर पास्टर जी. अपा प्रभु दी महिमा लई भजन गावांगे. हसी उड़ी के जाना है शाफी ना विच सवरगा दे. हसी उड़ी के जाना है शाफी ना विच सवरगा दे. विच सवरगा दे. विच सवरगा दे. ਵਿੱਚ ਸਭਰ ਗਾਰੇ ਵਿੱਚ ਸਭਰ ਗਾਦੇ. ਸੋਨੇ ਦੀਆਂ ਸੜਕਾਂ ਤੇ ਚੱਲਿਆ ਕਰਾਂਗੇ, ਅੰਮ੍ਰਿਤ ਜਲ ਚੋ ਪੀਆ ਕਰਾਂਗੇ. ਸੋਨੇ ਦੀਆਂ ਸੜਕਾਂ ਤੇ ਚੱਲਿਆ ਕਰਾਂਗੇ, ਅੰਮ੍ਰਿਤ ਜਲ ਚੋ ਪੀਆ ਕਰਾਂਗੇ. ਉੱਥੇ ਲੱਗਣੀ ਨਹੀਂ ਭੁੱਖ ਪਿਆ. ਉੱਥੇ ਲੱਗਣੀ ਨਹੀਂ ਭੁੱਖ ਪਿਆ. ਵਿੱਚ ਸਭਰ ਗਾਦੇ. ਅਸੀਂ ਉੱਡੀ ਕੇ ਜਾਣਾ ਹੈ ਸ਼ਾਫੀ ਨਾ ਵਿੱਚ ਸਭਰ ਗਾਦੇ. ਵਾਹ, ਹਾਲੇਲੂਇਆ. ਸਾਫ ਪਤਾ ਲੱਗਦਾ ਹੈਗਾ ਕਿ ਖੂਨ ਦੇ ਵਿੱਚ ਹੀ ਇਹ ਇੱਕ ਟੈਲੈਂਟ ਹੈ ਤੁਹਾਡੇ ਵਿੱਚ. ਯਾਰ, ਖੂਨ ਤਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਖਰੀਦੇ ਹਾਂ. ਅਤੇ ਜਿਹੜੀ ਟੈਲੈਂਟ ਦੀ ਗੱਲ ਹੈ ਪਾਸਟਰ ਜੀ, ਉਹ ਤਾਂ ਜਦੋਂ ਸ਼ੁਰੂਆਤ ਦੇ ਵਿੱਚ ਦੁਨੀਆਂ ਦੇ ਲਈ ਗਾਉਂਦੇ ਸੀ, ਪਰ ਜਦੋਂ ਦਾ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ ਅਤੇ ਹੁਣ ਤਾਂ ਪ੍ਰਭੂ ਲਈ ਗਾਉਂਦੇ ਆ ਅਤੇ ਪ੍ਰਭੂ ਲਈ ਸਭ ਕੁਛ ਕਰਦੇ ਪ੍ਰਭੂ ਯਿਸੂ ਮਸੀਹ ਦੇ ਲਈ. ਅੱਛਾ ਜਗਤਾਰ ਜੀ, ਆਪਾਂ ਇੱਦਾਂ ਕਰਦੇ ਹੈਗੇ ਕਿ ਆਪਾਂ ਵਾਪਸ ਜਾਂਦੇ ਹੈਗੇ ਹਾਂ ਟਾਈਮ ਦੇ ਵਿੱਚ, ਤਾਂ ਤੁਸੀਂ ਮੈਨੂੰ ਇੱਦਾਂ ਦੱਸੋ ਕਿ ਤੁਹਾਡਾ ਜਦੋਂ ਤੁਹਾਨੂੰ ਹੋਸ਼ ਆਈ, ਹਾਂਜੀ, ਤੁਸੀਂ ਆਪਣੀ ਜਿੱਦਾਂ ਕਹਿੰਦੇ ਸੁਰਤ ਸੰਭਾਲੀ, ਤਾਂ ਕਿੱਥੋਂ ਸ਼ੁਰੂ ਹੋਇਆ ਕੰਮ? ਕਿਹੜੇ ਪਿੰਡ ਦੇ ਵਿੱਚੋਂ ਜਾਂ ਕਿਹੜੀਆਂ ਗਲੀਆਂ ਦੇ ਵਿੱਚੋਂ ਤੁਸੀਂ ਲੱਗ ਕੇ? ਜਿੱਦਾਂ ਜ਼ਿੰਦਗੀ ਦੇ ਚੱਲਦੇ ਚੱਲਦੇ, ਬਹੁਤ ਅੱਛੀ ਤੁਸੀਂ ਸਵਾਲ ਪੁੱਛਿਆ ਮੈਨੂੰ. ਜੇ ਜ਼ਿੰਦਗੀ ਦੇ ਵਿੱਚ ਚੱਲਦੇ ਚੱਲਦੇ ਜਦੋਂ ਅਸੀਂ ਮੈਂ ਬਚਪਨ ਦੇ ਵਿੱਚ ਪੜ੍ਹਦੇ ਸੀ, ਪੜ੍ਹਨ ਤੋਂ ਬਾਅਦ ਡੈਡ ਦੇ ਨਾਲ ਕੰਮ ਕਾਰ ਦੇ ਵਿੱਚ ਚੱਲ ਗਏ, ਅਤੇ ਜ਼ਿੰਦਗੀ ਬੜੀ ਖੁਸ਼ਹਾਲ, ਬੜੀ ਕਹਿੰਦੇ ਉਲੀਏ, ਪਹਿਲਾਂ ਹੀ ਬਚਪਨਾ ਖੇਡਦੇ ਖੇਡਦੇ, ਫਿਰ ਸਕੂਲੋਂ, ਫਿਰ ਡੈਡ ਦੇ ਨਾਲ ਅਸੀਂ ਕੰਮ ਕਰਨਾ, ਖੇਤੀਬਾੜੀ ਸ਼ੁਰੂ ਕਰ ਦਿੱਤਾ. ਅਤੇ ਜਾਣੀ ਕਿ ਬਹੁਤ ਹੀ ਜ਼ਿਆਦਾ ਲਾਈਫ ਇੰਜੋਏ, ਅਤੇ ਜਾਣੀ ਕਿ ਪੀਸਫੁੱਲ ਲਾਈਫ ਚੱਲਣ ਦੀ ਪ੍ਰਭੂ ਦਾ ਸ਼ੁਕਰ ਹੈ. ਪਹਿਲਾਂ ਤੋਂ ਹੀ ਤੁਸੀਂ ਮਤਲਬ ਵੀ ਪ੍ਰਭੂ ਯਿਸੂ ਮਸੀਹ ਦੇ ਚੇਲੇ ਬਣੇ? ਇਹਦੀ ਸਟੋਰੀ ਕਿੱਦਾਂ? ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਪ੍ਰਭੂ ਨੂੰ ਕਬੂਲ ਨਹੀਂ ਕੀਤਾ ਸੀ, ਸਾਡੀ ਲਾਈਫ ਬਹੁਤ ਡਿਫਰੈਂਟ ਸੀਗੀ. ਜਿੱਦਾਂ ਚੱਲਦੇ ਚੱਲਦੇ ਹੀ ਜਿੱਦਾਂ ਇੱਕ ਜਿੱਦਾਂ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਹਸਾ, ਯਾਨੀ ਕਿ ਕਹੀਏ ਇੱਕ ਲਾਈਫ ਚੱਲਦੇ ਚੱਲਦੇ ਜ਼ਿੰਦਗੀ, ਜਿੱਦਾਂ ਗੱਡੀ ਚੱਲਦੀ ਚੱਲਦੀ ਟਰੈਕ ਤੋਂ ਉੱਤਰ ਜਾਂਦੀ ਆ, ਇੱਦਾਂ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਟਰੈਕ ਦਾ, ਯਾਨੀ ਕਿ ਗੱਡੀ ਤੋਂ ਟ੍ਰੇਨ ਤੋਂ ਉੱਤਰ ਜਾਣ ਵਾਲਾ ਹਿਸਾਬ ਸੀਗਾ ਕਿ ਲਾਈਫ ਚੱਲਦੇ ਚੱਲਦੇ ਬਹੁਤ ਖੁਸ਼ਹਾਲ ਜ਼ਿੰਦਗੀ, ਡੈਡੀ ਨੇ ਨਾਲ ਕੰਮ ਕਰਨਾ, ਆਉਣਾ, ਪੜ੍ਹ ਕੇ, ਕੋਈ ਫਿਕਰ ਫਾਕਾ ਨਹੀਂ. ਅਚਾਨਕ ਹੀ ਸਾਡੇ ਡੈਡ ਇੱਕਦਮ ਬਿਮਾਰ ਹੋ ਗਏ. ਬਿਮਾਰ ਹੋਣ ਦੇ ਨਾਲ ਉਹਦੀ ਜ਼ਿੰਦਗੀ, ਸਾਡੀ ਜ਼ਿੰਦਗੀ ਪੂਰੀ, ਜਿਹੜਾ ਸਾਡਾ ਹਾਸਾ ਖਿਆਲ ਜੋ ਵੀ ਅਸੀਂ ਕਰਦੇ ਸੀ, ਸਭ ਕੁਛ ਪਿੱਛੇ ਚੱਲ ਗਿਆ. ਡੈਡੀ ਬਿਮਾਰ ਰਹਿਣਾ ਸ਼ੁਰੂ ਹੋ ਗਿਆ, ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ. ਅਤੇ ਅਸੀਂ ਇਹ ਸੋਚਦੇ ਸੀ ਅਸੀਂ ਪੜ੍ਹਨ ਨੂੰ ਹਟੇ ਹੀ ਸੀ ਹਲੇ, ਅਤੇ ਜਦੋਂ ਸਾਡੇ ਡੈਡੀ ਬਿਮਾਰ ਹੋ ਗਏ, ਡੈਡੀ ਨੇ ਸਾਡੇ 'ਤੇ ਕਈ ਉਮੀਦਾਂ ਰੱਖੀਆਂ ਸੀ ਕਿ ਮੈਂ ਇੱਦਾਂ ਕਰੂੰਗਾ, ਇੱਦਾਂ ਕਰੂੰਗਾ, ਪਰ ਡੈਡੀ ਬਿਮਾਰ ਹੋਣ ਦੇ ਕਾਰਨ ਉਹ ਸਾਡੀ ਜਿਹੜੀ ਲਾਈਫ ਬਿਲਕੁਲ ਸਾਈਡ 'ਤੇ ਚੱਲ ਗਈ. ਜਿੱਥੋਂ ਡੈਡੀ ਸਾਡੇ ਸਾਰੇ ਕੰਮ ਕਰਦੇ ਸੀ, ਉਹ ਸਾਨੂੰ ਆਪ ਕਰਨੇ ਪੈ ਰਹੇ ਸੀਗੇ, ਉਹ ਸਾਨੂੰ ਇੰਨਾ ਕੁਛ ਨਹੀਂ ਸੀ ਹਲੇ ਨੌਲੇਜ, ਤਾਂ ਫਿਰ ਜਿਹੜੇ ਸਾਨੂੰ ਆਪ ਕਰਨ ਲਈ, ਜਾਂ ਡੈਡੀ ਬਿਮਾਰ ਹੋਣ ਦੇ ਕਾਰਨ, ਫਿਰ ਅਸੀਂ ਬਹੁਤ ਸਾਰੀਆਂ ਜਗ੍ਹਾਵਾਂ 'ਤੇ, ਬਹੁਤ ਜਗ੍ਹਾ 'ਤੇ ਪਹੁੰਚੇ ਵੀ ਡੈਡੀ ਸਾਨੂੰ ਸ਼ਿਫਾ, ਡੈਡੀ ਸਾਡੇ ਨੂੰ, ਕੋਈ ਬਿਮਾਰੀ ਲੱਗ ਗਈ ਸੀ, ਕੈਂਸਰ ਹੋ ਗਿਆ ਸੀ ਮੇਰੇ ਡੈਡ ਨੂੰ, ਅਤੇ ਜਦੋਂ ਕਿ ਅਸੀਂ, ਸਾਡੀ ਜ਼ਿੰਦਗੀ ਇੱਕਦਮ ਹੀ ਡਰੋਪ ਹੋ ਗਈ ਸੀਗੀ, ਜਾਣੀ ਕਿ ਉੱਪਰ ਤੋਂ ਥੱਲੇ ਆ ਗਏ ਸੀਗੇ.
ਤੇ ਜਿਹੜੇ ਕਰਕੇ ਬਹੁਤ ਹੀ ਹਾਲਾਤ ਮਾੜੇ ਹੋ ਗਏ, ਬਹੁਤ ਜ਼ਿਆਦਾ ਹਾਲਾਤ ਮਾੜੇ ਹੋ ਗਏ, ਮਤਲਬ ਗਰੀਬੀ ਦੇ ਵਿੱਚ ਕਾਫੀ ਆ ਗਏ ਗਰੀਬੀ ਦੇ ਵਿੱਚ। ਉਹਦੇ ਨਾਲ ਕੀ ਸਾਨੂੰ ਕੰਮ ਕਾਰ 'ਚ ਵੀ ਬੈਕ 'ਚ ਚਲ ਗਏ, ਖੁਦ ਡੈਡੀ ਜਿਹੜਾ ਕੰਮ ਕਰਦਾ ਹੁੰਦਾ ਸੀ ਉਹ ਸਾਨੂੰ ਕਰਨਾ ਪੈਣਾ, ਉਹ ਅਸੀਂ ਮੇਰੀ ਸਾਡੇ ਅਸੀਂ ਭੈਣ ਭਰਾ ਸਾਰੇ ਪੜ੍ਹਦੇ ਸੀ, ਇੱਕਦਮ ਸਾਨੂੰ ਸਾਰਿਆਂ ਨੂੰ ਹੀ ਪੜ੍ਹਨੋਂ ਹਟਣਾ ਪੈ ਗਿਆ ਜਦੋਂ ਸਾਡੀ ਜ਼ਿੰਦਗੀ ਬਿਲਕੁਲ ਹੀ ਬੈਕ ਚਲ ਗਈ। ਤਾਂ ਜਿਹੜੀ ਜਿੰਨਾ ਅਸੀਂ ਪੈਸਾ ਕਮਾਉਂਦੇ ਸੀ, ਮੇਰਾ ਵੱਡਾ ਬ੍ਰਦਰ ਪੈਸਾ ਕਮਾਉਂਦਾ ਸੀ, ਮੇਰੀ ਸਿਸਟਰ ਪੈਸਾ ਕਮਾਉਂਦੀ ਸੀਗੀ, ਉਹ ਸਾਰੀਆਂ ਹੀ ਦਵਾਈਆਂ 'ਤੇ ਪੈਸਾ ਲੱਗਦਾ ਸੀਗਾ, ਜਿਹਦੇ ਕਾਰਨ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਫਿਰ ਜਾਣੀ ਕਿ ਜਦੋਂ ਸਾਡੇ ਡੈਡੀ ਨੂੰ ਦੱਸਿਆ ਕਿ ਡਾਕਟਰ ਨੇ ਦੱਸਿਆ ਕਿ 5 ਸਾਲ ਤੱਕ ਹੀ ਜੀਂਦੇ ਰਹਿਣਗੇ, ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਬੜਾ ਹੋ ਗਿਆ ਪੈਕ। ਇਹ ਕਿਉਂਕਿ ਕਿਉਂਕਿ ਸਾਡਾ ਤਾਂ ਸਾਰਾ ਹੀ ਸੋਰਸ ਡੈਡੀ ਦੇ ਨਾਲ ਹੀ ਆ, ਸਾਡਾ ਤਾਂ ਸਾਰਾ ਕੁਛ ਉਹੀ ਸੰਭਾਲਦੇ ਆ, ਅਤੇ ਇੱਕਦਮ ਇਹ ਕਿੱਦਾਂ ਹੋ ਗਿਆ। ਫਿਰ ਜਿੱਦਾਂ ਵੀ ਅਸੀਂ ਬਹੁਤ ਪਰੇਸ਼ਾਨ ਦੁਖੀ ਹੋ ਗਏ, ਅਤੇ ਅਸੀਂ ਜਾਣੀ ਕਿ ਦੌੜ ਕਰਨੀ ਸ਼ੁਰੂ ਕੀਤੀ ਜਗ੍ਹਾ ਜਗ੍ਹਾ ਜਾ ਕੇ ਜਿੱਥੇ ਵੀ ਸਾਡਾ ਡੈਡੀ ਨੂੰ ਸ਼ਿਫਾ ਮਿਲ ਜਾਵੇ, ਬਿਮਾਰੀ ਤੋਂ ਸ਼ਿਫਾ ਹੋ ਜਾਵੇ। ਪਰ ਕੋਈ ਵੀ ਜਿੱਥੇ ਕੋਈ ਦੱਸਣਾ ਉੱਥੇ ਪਹੁੰਚ ਜਾਣਾ, ਦੂਰ ਦੂਰ ਤੱਕ ਲੈ ਕੇ ਡੈਡੀ ਨੂੰ ਤੁਰੇ ਫਿਰਨਾ, ਪਰ ਕੋਈ ਵੀ ਆਰਾਮ ਨਹੀਂ ਆ। ਪਰ ਐਂਡ ਦਾ ਡੇ ਜਿੱਦਾਂ ਨਾ ਸਾਡੇ ਮੇਰੇ ਮਾਮਾ ਜੀ ਆ, ਉਹ UK ਤੋਂ ਆਉਂਦੇ ਹੁੰਦੇ ਸੀਗੇ, ਪ੍ਰਚਾਰ ਕਰਦੇ ਹੁੰਦੇ ਸੀ, ਅਤੇ ਅਸੀਂ ਮੇਰਾ ਵੱਡਾ ਬ੍ਰਦਰ ਜਿਹੜਾ ਮੇਰਾ ਬ੍ਰਦਰ ਵੱਡੇ ਬ੍ਰਦਰ ਸੀ, ਉਹਨੂੰ ਬਹੁਤ ਹੀ ਚਾਅ ਰਹਿੰਦਾ ਸੀ ਹਰ ਧਰਮਾਂ ਨੂੰ ਪੜ੍ਹਨਾ, ਉਹਦੇ ਬਾਰੇ ਨੌਲੇਜ ਕਰਨਾ, ਗਿਆਨ ਕਰਨਾ। ਅਸੀਂ ਜਿਹੜੀ ਕਿ ਮੈਂ 4th ਦਰਜੇ 'ਤੇ, ਮੇਰੇ ਬਾਕੀ ਮੇਰੇ ਤੋਂ ਵੱਡੇ ਆ, ਇੱਕ ਮੇਰਾ ਛੋਟਾ ਬ੍ਰਦਰ ਆ, ਅਤੇ ਮੈਂ ਤਾਂ ਪ੍ਰਭੂ ਬਾਰੇ ਨਹੀਂ ਜਾਣਦਾ ਸੀਗਾ, ਤਾਂ ਨਾ ਹੀ ਮੈਨੂੰ ਕੋਈ ਇੰਟਰਸਟ ਸੀਗਾ। ਮੇਰਾ ਜਿਹੜਾ ਵੱਡਾ ਬ੍ਰਦਰ, ਉਹਨੂੰ ਬਹੁਤ ਜ਼ਿਆਦਾ ਉਹਦੇ ਬਾਰੇ ਸੀਗਾ ਕਿ ਮੈਂ ਰੱਬ ਨੂੰ ਲੱਭਾਂ, ਖੋਜ ਕਰਾਂ। ਉਹ ਜਦੋਂ ਸਾਡੇ ਮਾਮਾ ਜੀ ਆਉਂਦੇ ਸੀ, ਉਹਨਾਂ ਨੇ ਬੈਠਣਾ ਰਹਿਣਾ, ਉਹਨਾਂ ਨੇ ਅਸੀਂ ਵੀ ਨਾਲ ਚੱਲ ਜਾਣਾ। ਜਦੋਂ ਜਾਣਾ ਉਹਨਾਂ ਨੇ ਕਹਿਣਾ ਬਲੈਤੀਏ ਬਾਹਰੋਂ ਆਏ ਆ ਅਸੀਂ, ਇਹਨਾਂ ਨੇ ਖਾ ਪੀ ਕੇ ਅਸੀਂ ਆਪਣੇ ਘਰਾਂ ਨੂੰ ਆ ਜਾਣਾ। ਪਰ ਜਦੋਂ ਉਹਨਾਂ ਨੇ ਸਾਨੂੰ ਬਚਨ ਸੁਣਾਉਣੇ, ਸਾਡੇ ਕੋਈ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਪੈਂਦੀ ਸੀ, ਕਿਉਂਕਿ ਅਸੀਂ ਸਾਡੀਆਂ ਆਤਮ ਅੱਖਾਂ ਬੰਦ ਸੀ, ਸਾਨੂੰ ਪਤਾ ਨਹੀਂ ਸੀ ਜੀਸਸ ਕੌਣ ਆ, ਰੱਬ ਕੌਣ ਆ। ਅਤੇ ਜਦੋਂ ਅਸੀਂ ਉਹਨਾਂ ਨੇ ਦੱਸਣਾ, ਅਸੀਂ ਘਰ ਆ ਕੇ ਮਜ਼ਾਕ ਕਰਨਾ, ਟਿੱਚਰ ਕਰਨਾ, ਮੇਰੇ ਵੱਡੇ ਜਿਹੜਾ ਬ੍ਰਦਰ ਨੂੰ ਨਾ ਖੁਦਾ ਨੇ ਛੂਹ ਲਿਆ, ਜਿਹਦੇ ਨਾਲ ਕਿ ਉਹਦੀ ਜ਼ਿੰਦਗੀ ਦੇ ਵਿੱਚ ਚੇਂਜਿੰਗ ਹੋਣਾ ਸ਼ੁਰੂ ਹੋ ਗਿਆ। ਅਤੇ ਉਹਨੇ ਡੈਡੀ ਨੂੰ ਵੀ ਆ ਕੇ ਦੱਸਣਾ ਵੀ ਇੱਦਾਂ ਤੂੰ ਕਰ ਲਾ, ਤੋ ਵਾ ਇੱਦਾਂ ਕਰ ਲਾ, ਪਰ ਕਹਿੰਦਾ ਠੀਕ ਆ ਚਲੋ ਇੱਥੇ ਲੈ ਜਾਓ ਮੈਨੂੰ। ਅਤੇ ਜਾਣੀ ਕਿ ਡੈਡੀ ਨੂੰ ਲੱਗਿਆ, ਉਹਨਾਂ ਲਈ ਪ੍ਰਾਰਥਨਾ ਕੀਤੀ, ਉਹਨੇ ਵਿਸ਼ਵਾਸ ਕਰ ਲਿਆ, ਕਹਿੰਦਾ ਠੀਕ ਆ। ਜਾਣੀ ਕਿ ਡੈਡੀ ਦੀ ਜ਼ਿੰਦਗੀ ਜਾਣੀ ਕਿ ਸੌਖੀ ਹੋ ਗਈ। ਉਸ ਤੋਂ ਬਾਅਦ ਥੋੜ੍ਹੇ ਸਾਲ ਤੱਕ, ਜਾਣੀ ਕਿ 4-5 ਸਾਲ ਤੱਕ ਜੀਂਦੇ ਰਹੇ, ਤਾਂ ਅਸੀਂ ਥੋੜ੍ਹਾ ਜਿਹਾ ਜਿੱਦਾਂ ਪ੍ਰਭੂ ਨੂੰ ਜਾਣਨਾ ਸ਼ੁਰੂ ਕਰਤਾ। ਪਰ ਫਿਰ ਵੀ ਕੀ ਹੋਇਆ ਕਿ ਜਿੱਦਾਂ ਇਨਸਾਨ ਦੇ ਕੇ ਚਾਹੇ ਕੋਈ ਵੀ ਕਿਸੇ ਨੂੰ ਵੀ ਮੰਨਦਾ, ਇੱਕ ਦਿਨ ਉਹ ਦੁਨੀਆਂ 'ਚ ਜਾਣਾ ਆ, ਪਰ ਡੈਡੀ ਮੇਰੇ ਨੇ ਪ੍ਰਭੂ ਨੂੰ ਕਬੂਲ ਕਰ ਲਿਆ, ਜਿਹਦੇ ਉਹਦੇ ਨਾਲ ਕਿ ਅਸੀਂ ਵੀ ਵਿਸ਼ਵਾਸ ਕਰ ਲਿਆ। ਅਤੇ ਆਉਂਦੇ ਜਿੱਦਾਂ ਫੇਰ ਸਪੋਰਟ ਵੀ ਥੋੜ੍ਹਾ ਟਾਈਮ ਦੇ ਵਿੱਚ ਜਾ ਕੇ ਡੈਡੀ ਦੀ ਡੈਥ ਹੋ ਗਈ, ਜਿਹਦੇ ਨਾਲ ਬਹੁਤ ਸਾਰੀਆਂ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਲੋਕ ਕਹਿਣ ਲੱਗ ਗਏ ਕਿ ਇੱਦਾਂ ਹੋਏ ਤਾਂ ਇਹਨਾਂ ਦੇ ਵਿੱਚ ਮੁਸੀਬਤਾਂ ਆਈਆਂ, ਪਰ ਮਤਲਬ ਵੀ ਇਹ ਮਸੀਹੀ ਬਣ ਗਏ। ਹਾਂਜੀ, ਇਹਨਾਂ ਵਿੱਚ ਮੁਸੀਬਤ ਆ ਗਈ, ਅਤੇ ਮੁਸੀਬਤ ਆਉਣ ਦੇ ਨਾਲ ਸਿੱਧਾ ਡੈਡੀ ਦੀ ਡੈਥ ਹੋ ਗਈ, ਉਸ ਤੋਂ ਤੁਹਾਡੀ ਹੋਰ ਜਾਣੀ ਕਿ ਪਰੇਸ਼ਾਨੀ ਵੱਧ ਗਈ। ਅਤੇ ਤੁਹਾਡਾ ਕੀ ਖਿਆਲ ਸੀ ਉਸ ਵੇਲੇ ਜਦੋਂ ਦੁਨੀਆਂ ਕਹਿ ਰਹੀ ਸੀਗੀ ਕਿ ਇਹਨਾਂ ਦਾ ਵੀ ਮਤਲਬ ਵੀ ਇਹਨਾਂ ਨੇ ਇਸ ਰਿਲੀਜਨ ਨੂੰ ਜਾਂ ਇਸ ਫੋਲੋਅਰ ਨੂੰ ਕਰਨ ਲੱਗ ਪਏ, ਖੁਦਾ ਵੰਦੀਆਂ ਸਿਮਸੀ ਦੇ ਫੋਲੋਅਰ ਨੂੰ, ਤਾਂ ਤੁਹਾਨੂੰ ਉਹ ਜਿਹੜੇ ਲਫ਼ਜ਼ ਸੀਗੇ ਉਹ ਕਿੱਦਾਂ ਲੱਗੇ? ਉਹ ਤਾਂ ਬਹੁਤ ਜਾਣੀ ਕਿ ਹਾਰਡ ਸੀਗੇ, ਅਤੇ ਬਹੁਤ ਜਿੱਦਾਂ ਦੁੱਖ ਪਹੁੰਚਾਉਂਦੇ ਸੀਗੇ, ਪਰ ਜਦੋਂ ਅਸੀਂ ਯਿਸੂ ਮਸੀਹ ਨੂੰ ਜਾਣ ਲਿਆ ਸੀ, ਬਾਈਬਲ ਨੂੰ ਪੜ੍ਹ ਲਿਆ ਸੀ, ਮੇਰੇ ਬ੍ਰਦਰ ਨੇ ਅਸੀਂ ਪੜ੍ਹ ਲਿਆ ਸੀਗਾ, ਪਰ ਅਸੀਂ ਹੁਣ ਪਿੱਛੇ ਨਹੀਂ ਹੋ ਸਕਦੇ ਸੀਗੇ। ਉਸ ਤੋਂ ਬਾਅਦ ਮੈਂ ਬਸ ਜੇ ਹੋਰ ਤੁਹਾਨੂੰ ਐਡ ਗੱਲ ਕਰਨਾ ਚਾਹੁੰਦਾ ਕਿ ਜਦੋਂ ਡੈਡੀ ਡੈਥ ਹੋ ਗਈ, ਪਰ ਅਸੀਂ ਵਿਸ਼ਵਾਸ 'ਚ ਮਜ਼ਬੂਤ ਹੋ ਗਈ ਉਸ ਟਾਈਮ ਦੇ ਵਿੱਚ, ਵੀ ਮੇਰੀ ਮੰਮੀ ਨਹੀਂ ਉਸ ਟਾਈਮ ਮੰਨਦੀ ਸੀ, ਸਰ ਅਸੀਂ 4-5 ਭੈਣ ਭਰਾ ਸੀ, ਅਸੀਂ 5 ਮੰਨਦੇ ਸੀਗੇ, ਅਤੇ ਮੰਮੀ ਕਹਿੰਦੀ ਵੀ ਹੁਣ ਤਾਂ ਕੰਮ ਖਰਾਬ ਹੈ। ਮੈਂ ਕਿਹਾ ਨਹੀਂ ਬੀਬੀ, ਹੁਣ ਆਪਾਂ ਛੱਡ ਨਹੀਂ ਸਕਦੇ ਪ੍ਰਭੂ ਯਿਸੂ ਮਸੀਹ ਨੂੰ, ਕਿਉਂਕਿ ਅਸੀਂ ਬਾਈਬਲ ਨੂੰ ਪੜ੍ਹ ਲਿਆ, ਬਾਈਬਲ ਨੂੰ ਜਾਣ ਲਿਆ। ਜਦੋਂ ਉਹ ਜਾਣ ਲਿਆ, ਸਾਡੇ 'ਤੇ ਫਿਰ ਮੁਸੀਬਤ ਹੋ ਗਈ, ਸਾਡੀ ਮੰਮੀ ਬਿਮਾਰ ਹੋ ਗਈ, ਬਹੁਤ ਜ਼ਿਆਦਾ ਬਿਮਾਰ ਹੋ ਗਈ, ਫਿਰ ਹੋਰ ਸਾਨੂੰ ਗੱਲਾਂ ਸਹਿਣੀਆਂ ਪਈਆਂ, ਸਾਡੇ ਮਾਮੇ ਸਾਡੇ ਰਿਸ਼ਤੇਦਾਰ ਸਾਰੇ ਸਾਡੇ ਨਾਲ ਗੁੱਸੇ ਹੋ ਗਏ, ਕਹਿੰਦੇ ਇਹਨਾਂ ਨੇ ਇਹ ਕਬੂਲ ਕੀਤਾ, ਇਹ ਗੋਰਿਆਂ ਦੇ ਧਰਮ ਨੂੰ ਅਪਣਾਇਆ, ਅਤੇ ਤਾਂ ਇਹਨਾਂ 'ਤੇ ਮੁਸੀਬਤਾਂ ਆ ਗਈਆਂ, ਕਿਉਂਕਿ ਅਸੀਂ ਸੱਚਾਈ ਨੂੰ ਜਾਣ ਲਿਆ ਸੀ, ਮੇਰੇ ਬ੍ਰਦਰ ਨੇ, ਅਸੀਂ ਸਾਰਿਆਂ ਸੱਚਾਈ, ਪਰ ਅਸੀਂ ਉਹਦੇ ਵਿੱਚ ਪਕੜ ਫੜ ਲਈ। ਪਰ ਇੰਨੀਆਂ ਹੋਣ ਦੇ ਬਾਵਜੂਦ ਮੈਂ ਇੱਕ ਟਾਈਮ, ਮੇਰੀ ਮੰਮੀ ਜਿਹੜੀ ਆਖ ਸਟੇਜ 'ਤੇ ਪਹੁੰਚ ਗਈ, ਮੇਰੀ ਮੰਮ ਵੀ, ਫਿਰ ਮੈਂ ਪ੍ਰਭੂ ਦੇ ਅੱਗੇ ਮੈਂ ਕਿਹਾ ਪ੍ਰਭੂ ਮੇਰਾ ਡੈਡੀ ਤਾਂ ਚਲ ਗਿਆ, ਪਰ ਹੁਣ ਮੰਮੀ ਨਹੀਂ ਜਾਣੀ ਚਾਹੀਦੀ। 25 ਦਿਨ ਤਾਂ 25 ਰਾਤਾਂ ਮੇਰੀ ਮੰਮੀ ਹੋਸਪਿਟਲ ਦੇ ਵਿੱਚ ਰਹੀ, ਉਹਦੇ ਨਾਲ ਕਿ ਮੈਂ ਨਾ ਰਾਤ ਦਿਨ ਗੋਡਨੇ ਲਾ ਕੇ ਪ੍ਰੇਅਰ ਕਰਦਾ ਰਿਹਾ ਹੋਸਪਿਟਲ ਦੇ ਵਿੱਚ ਹੀ। ਲੋਕ ਕਹਿੰਦੇ ਸੀਗੇ ਕਿ ਮੁੰਡੇ ਮੰਮੀ ਨੇ ਤਾਂ ਬਾਅਦ 'ਚ ਮਰਨਾ, ਮੁੰਡੇ ਨੇ ਪਹਿਲਾਂ ਮਰ ਜਾਣਾ, ਬਹੁਤ ਜ਼ਿਆਦਾ ਮੇਰਾ ਬੁਰਾ ਹਾਲ ਹੋ ਗਿਆ, ਬਹੁਤ ਜ਼ਿਆਦਾ। ਫਿਰ ਮੈਂ ਵਿਸ਼ਵਾਸ 'ਚ ਬਹੁਤ ਜ਼ਿਆਦਾ ਦ੍ਰਿੜ ਅਤੇ ਮਜ਼ਬੂਤ ਹੋ ਗਿਆ, ਅਤੇ ਇੱਕ ਦਿਨ ਕੀ ਹੋਇਆ ਕਿ ਮੇਰੀ ਮੰਮੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਘਰ ਵਾਪਸ ਲੈ ਜਾਓ। ਘਰ ਜਦੋਂ ਵਾਪਸ ਲੈ ਗਏ ਪਾਸਟਰ ਜੀ, ਉਦੋਂ ਫਿਰ ਮੈਂ ਰਜਾਈ ਲਈ ਆ, ਮੰਮੀ ਦੇ 3 ਰਜਾਈਆਂ ਲਿੱਤੀਆਂ ਗਰਮੀ ਦੇ ਟਾਈਮ ਦੇ ਵਿੱਚ, ਬਹੁਤ ਜ਼ਿਆਦਾ ਜਾਣੀ ਕਿ ਉਹਦੇ ਲੱਗੀ ਆਕਸੀਜਨ ਲੱਗੀ ਆ, ਕਹਿੰਦੀ ਮੈਨੂੰ ਖਤਮ ਕਹਾਣੀ ਆ, ਪਰ ਮੇਰਾ ਵਿਸ਼ਵਾਸ ਨਹੀਂ ਟੁੱਟਾ। ਮੈਂ ਕਿਹਾ ਮੇਰਾ ਪ੍ਰਭੂ ਯਿਸੂ ਮਸੀਹ ਜਿੰਦਾ ਕਰੂਗਾ, ਇਹਨੂੰ ਠੀਕ ਕਰੂਗਾ, ਦੁਬਾਰਾ ਹੀ
ਪਰ ਜਦੋਂ ਇੰਪਰੂਵਮੈਂਟ ਹੋਣੀ ਸ਼ੁਰੂ ਤਾਂ ਮਹੀਨੇ 'ਚ ਕੁਛ ਹੋਰ, ਦੋ ਮਹੀਨੇ 'ਚ ਹੋਰ, ਚੌਰ ਮਹੀਨੇ 'ਚ ਹੋਰ, ਸਾਡੀ ਮੰਮੀ ਬਹੁਤ ਤੰਦਰੁਸਤੀ ਹੋ ਗਈ ਔਰ ਅਸੀਂ ਸਾਰੇ ਆਨੰਦਿਤ ਹੋ ਗਏ ਕਿ ਪ੍ਰਭੂ ਨੇ ਚੰਗਾ ਕਰਤਾ। ਜਿਹੜੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਗੁੱਸੇ ਹੋਏ ਸੀਗੇ, ਉਹ ਜਿਹੜੇ ਕਹਿੰਦੇ ਹੁੰਦੇ ਸੀਗੇ ਆਹ ਦੇਖੋ ਨਹੀਂ ਬਚ ਸਕਦੀ, ਅਤੇ ਪ੍ਰਭੂ ਨੂੰ ਉਹਨਾਂ ਦਿਖਾਤਾ ਪਈ ਸੀ ਸਾਰੇ ਵਿਸ਼ਵਾਸ 'ਚ ਮਜ਼ਬੂਤ ਰਹੇ, ਤਾਂ ਉਹਨਾਂ ਦੇ ਸਾਹਮਣੇ ਮੰਮੀ ਚੰਗੀ ਹੋਈ। ਔਰ ਮੇਰੀ ਮੰਮੀ UK ਦੇ ਵਿੱਚ ਬਹੁਤ ਵਾਰੀ, ਕਿੰਨੀ ਵਾਰੀ ਗੇੜੇ ਲਾ ਕੇ ਗਈ, ਆਈ, ਹੁਣ ਫਿਰ ਆਏ ਸੀ। ਅਤੇ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਬਹੁਤ ਸਾਰੀਆਂ ਮੁਸੀਬਤਾਂ, ਦੁੱਖ ਆਏ, ਉਹ ਬਹੁਤ ਸਾਰੀਆਂ ਬਰਕਤ ਦਾ ਕਾਰਨ ਬਣਿਆ। ਉਸ ਤੋਂ ਬਾਅਦ ਪਾਸ ਜੀ ਮੈਂ ਤਾਂ ਮੇਰੇ ਬ੍ਰਦਰ ਨੇ ਇੰਨਾ ਕੰਮ ਕੀਤਾ, ਮੁਸੀਬਤ ਬਾਰੇ ਇੰਨਾ ਕੰਮ ਕੀਤਾ, ਸਾਡੇ ਸਾਰਾ ਖਾਨਦਾਨ ਪ੍ਰਭੂ ਨੂੰ ਨਹੀਂ ਜਾਣਦਾ ਸੀ, ਮੈਂ ਤਾਂ ਮੇਰਾ ਬ੍ਰਦਰ ਜਾਣਦਾ ਸੀ, ਸਾਡੀ ਫੈਮਿਲੀ ਜਾਣਦੀ ਸੀਗੀ। ਅਸੀਂ ਉਨਾ ਹੀ ਉੱਥੇ ਕੰਮ ਜ਼ਿਆਦਾ ਕੀਤਾ, ਸਾਡੀ ਮੇਰੀਆਂ ਮਾਸੀਆਂ, ਮੇਰੇ ਮਾਮੇ ਕਾਂ, ਸਾਡੀ ਕੋਲੰਗੀ ਖੁਦਾ ਨੇ ਚੇਂਜ ਕਰ ਦਿੱਤੀ। ਬਹੁਤ ਧੰਨਵਾਦ ਮੈਂ ਕਰਦਾ, ਬਹੁਤ ਸ਼ੁਕਰ ਕਰਦਾ, ਇੰਨਾ ਕੰਮ ਕੀਤਾ ਕਿ ਮੈਂ ਉਹ ਬਹੁਤ ਟਾਈਮ ਲੱਗ ਸਕਦਾ ਉਹ ਗੱਲਾਂ ਨੂੰ ਮੈਂ ਬਿਆਨ ਕਰਾਂ, ਉਹ ਦੱਸਾਂ। ਖੁਦਾ ਮੌਕਾ ਫਿਰ ਕਿਤੇ ਤੁਹਾਡੇ ਨਾਲ ਦੇਵੇਗਾ, ਮੈਂ ਸਾਰੀਆਂ ਗੱਲਾਂ ਵਿਸਤਾਰ ਦੇ ਨਾਲ ਤਕਰੀਬਨ ਦੱਸੂਗਾ ਕਿ ਕਿੱਦਾਂ ਕਿੱਦਾਂ ਮੋੜ ਜ਼ਿੰਦਗੀ ਦੇ ਵਿੱਚੋਂ ਪਹੁੰਚੇ। ਮੈਂ ਬਹੁਤ ਹੈਪੀ ਹਾਂ ਇਸ ਚੀਜ਼ ਤੋਂ ਕਿ ਖੁਦਾ ਨੇ ਕਿੱਦਾਂ ਇਸਤੇਮਾਲ ਕੀਤਾ। ਮੈਂ ਕਹਿੰਦਾ ਕਿ ਤੁਸੀਂ ਜਿੱਦਾਂ ਇਹ ਗੱਲ ਕੀਤੀ ਮੋੜ, ਜ਼ਿੰਦਗੀ ਦੇ ਵਿੱਚ ਮੋੜ ਹੁੰਦੇ, ਜ਼ਿੰਦਗੀ ਦੇ ਵਿੱਚ ਚੋਇਸਿਸ ਹੁੰਦੀਆਂ, ਤਾਂ ਕਈ ਵਾਰੀ ਬੰਦਾ ਗਲਤ ਚੋਇਸ 'ਤੇ ਵੀ ਚਲੇ ਜਾਂਦਾ, ਕਈ ਵਾਰੀ ਬੰਦਾ ਗਲਤ ਮੋੜ 'ਤੇ ਚਲੇ ਜਾਂਦਾ ਹੈਗਾ, ਤਾਂ ਉਹਦੇ ਜਿਹੜੇ ਜਿਹੜੇ ਰਿਜ਼ਲਟ ਹੁੰਦੇ ਉਹ ਬੜੇ ਡਿਸਟਰਕਸ਼ਨ ਦੇ ਹੁੰਦੇ। ਹਾਂਜੀ, ਤਾਂ ਜੋ ਕੁਛ ਤੁਸੀਂ ਐਕਸਪਲੇਨ ਕੀਤਾ ਕਿ ਸ਼ੈਤਾਨ ਨੇ ਪੂਰੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਔਰ ਤੁਹਾਡੇ ਪਰਿਵਾਰ ਨੂੰ ਕਿ ਬਿਲਕੁਲ ਬਰਬਾਦ ਕਰ ਦੇ, ਪਰ ਤੁਸੀਂ ਜਿਹੜੀ ਚੋਇਸ ਇੱਕ ਵਾਰੀ ਬਣਾ ਲਈ ਔਰ ਜਿਹੜੀ ਮੋੜ ਲੈ ਲਈ ਉਹ ਤੁਹਾਨੂੰ ਕੀ ਪਾਰ ਲੈ ਗਈ। ਤਾਂ ਮੈਂ ਇਹ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ ਉਹ ਫੈਮਿਲੀ ਵੈਲਿਊਜ਼ ਦੇ ਵਿੱਚੋਂ, ਉਸ ਵਕਤ ਦੇ ਵਿੱਚੋਂ, ਉਸ ਜਿੱਦਾਂ ਕਹਿੰਦੇ ਹੁੰਦੇ ਸਿਚੁਏਸ਼ਨ ਦੇ ਵਿੱਚੋਂ ਜੋ ਕੁਛ ਤੁਸੀਂ ਸਿੱਖਿਆ ਉਹ ਤੁਹਾਡੇ ਗਲੇ ਦੇ ਵਿੱਚ ਕਿੱਦਾਂ ਆ ਗਿਆ? ਹਾਂ ਪਾਸ ਜੀ, ਬਹੁਤ ਅੱਛਾ ਸਵਾਲ ਪੁੱਛਿਆ ਮੈਂ। ਜਿੱਦਾਂ ਕਿ ਜਿਹੜੀ ਗਾਉਣ ਦੀ ਗੱਲ ਹੈ, ਮੈਂ ਪਾਸ ਜਿੱਥੇ ਕੰਮ ਕਰਦਾ ਹੁੰਦਾ ਸੀਗਾ, ਮੈਨੂੰ ਜਿੱਦਾਂ ਬੜਾ ਸ਼ੌਂਕ ਸੀਗਾ ਕਿ ਮੈਂ ਇੱਕ ਸੀਡੀਆਂ ਰਿਕਾਰਡ ਕਰਾਂ, ਬਹੁਤ ਵੱਡਾ ਸਿੰਗਰ ਬਣਾ। ਅਤੇ ਜਦੋਂ ਨਾ ਮੈਂ ਫੈਕਟਰੀ ਦੇ ਵਿੱਚ ਗਾਉਂਦਾ ਹੁੰਦਾ ਸੀ ਤਾਂ ਮਾਲਕ ਨੇ ਨਾ ਬਾਕੀਆਂ ਨੂੰ ਸਾਰਿਆਂ ਨੂੰ ਕੰਮ 'ਤੇ ਲਾਇਆ ਹੋਣਾ, ਉਹਨੇ ਮੈਨੂੰ ਕਹਿਣਾ ਵੀ ਇੱਧਰ ਆ ਜਾ ਤੂੰ, ਅਤੇ ਮੈਂ ਗਾਉਣਾ ਸ਼ੁਰੂ ਕਰ ਦੇਣਾ ਜਿੱਦਾਂ ਦੁਨੀਆ ਦੇ ਗੀਤ। ਪ੍ਰਭੂ ਨੇ, ਉਹ ਤਾਂ ਪ੍ਰਭੂ ਤੋਂ ਬਿਨਾਂ ਮੈਂ 10 ਗੱਲ ਦੱਸਣਾ ਚਾਹੁੰਦਾ ਕਿ ਮੈਂ ਗਾਉਂਦਾ ਹੁੰਦਾ ਸੀ। ਮੈਨੂੰ ਉਹਨੇ ਬੜਾ ਕਹਿਣਾ ਜਿੰਨਾ ਪੈਸਾ ਲੱਗੂਗਾ ਮੈਂ ਤੇਰੇ CD 'ਤੇ ਲਾਊਂਗਾ। ਪਤਾ ਨਹੀਂ ਰੱਬ ਵੱਲੋਂ ਕਿ ਉਸ ਟਾਈਮ ਦੇ ਵਿੱਚ ਮੈਨੂੰ ਹਾਂ ਨਹੀਂ ਕਰਦਾ ਸੀਗਾ। ਅਤੇ ਜਿੱਦਾਂ ਗਾਉਣ ਤੋਂ, ਜਿੱਦਾਂ ਜੇ ਕਹੀਏ ਗਾਉਣ ਦੀ ਗੱਲ, ਉਹ ਜਿੱਦਾਂ ਰੱਬ ਵੱਲੋਂ ਉਹ ਮੇਰੇ ਅੰਦਰ ਸੀ ਗੱਲ, ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਰੱਬ ਲਈ ਗਾਉਣਾ ਕਿ ਬੰਦੇ ਲਈ ਗਾਉਣਾ। ਪਰ ਮੈਂ ਉਹਦੇ ਵਿੱਚ ਕੋਈ ਚੀਜ਼ ਰਿਕਾਰਡ ਨਹੀਂ ਕੀਤੀ ਉਸ ਟਾਈਮ ਦੇ ਵਿੱਚ ਦੁਨੀਆ ਦੇ ਲਈ ਕਿ ਮੈਂ ਦੁਨੀਆ ਲਈ ਗਾਵਾਂ। ਪਰ ਇਹ ਜਿਹੜੀ ਗਲੇ ਦੀ ਗੱਲ, ਇਹ ਪਰਮੇਸ਼ਰ ਦਾ ਦੇਣ ਆ, ਅਤੇ ਨਾ ਹੀ ਮੈਂ ਆਪਣੀ ਤਾਕਤ ਜਾਂ ਬਲ ਦੇ ਨਾਲ ਕੀਤਾ, ਇਹ ਪ੍ਰਭੂ ਨੇ ਮੈਨੂੰ ਦਿੱਤਾ। ਪਹਿਲਾਂ ਮੈਂ ਦੁਨੀਆ ਲਈ ਸੋਚਦਾ ਸੀ ਕਿ ਮੈਂ ਗਾਊਂਗਾ ਵਜਾਊਂਗਾ, ਪਰ ਜਦੋਂ ਯੇਸ਼ੂ ਮਸੀਹ ਨੂੰ ਮੈਂ ਜਾਣ ਲਿਆ, ਮੈਂ ਜੀਵਨ 'ਚ ਆ ਗਿਆ, ਮੇਰੀ ਆਤਮਿਕ ਅੱਖਾਂ ਖੁੱਲ ਗਈਆਂ, ਮੈਨੂੰ ਪਤਾ ਕਿ ਮੈਂ ਤਾਂ ਪ੍ਰਭੂ ਲਈ ਗਾਉਣਾ ਹੈ, ਅਤੇ ਪ੍ਰਭੂ ਨੇ ਮੈਨੂੰ ਗਾ ਦਿੱਤੀ। ਅਤੇ ਮੈਂ ਪ੍ਰਭੂ ਦਾ ਸ਼ੁਕਰ ਕਰਦਾ ਕਿ ਇੱਕ ਟਾਈਮ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਆਉਣ ਦੇ ਬਾਅਦ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਗਾਵਾਂ, ਅਤੇ ਦੁਨੀਆ ਦੇ ਗੀਤ ਮੈਂ ਗਾ ਲੈਂਦਾ ਥੋੜ੍ਹਾ ਗਾ, ਪਰ ਜਦੋਂ ਮੈਂ ਗਾਇਆ ਤਾਂ ਮੇਰਾ ਗਲਾ ਬਲੌਕ ਹੋ ਗਿਆ, ਮੇਰਾ ਗਲਾ ਬੰਦ ਹੋ ਗਿਆ। ਮੈਂ ਪ੍ਰਭੂ ਤੋਂ ਮਾਫ਼ੀ ਮੰਗੀ, ਪ੍ਰਭੂ ਤੋਂ ਤੋਬਾ ਕੀਤੀ ਕਿ ਖੁਦਾ ਤੇਲੀ ਗਾਊਂਗਾ, ਇਹ ਤੂੰ ਸਾਨੂੰ ਐਡੀ ਵੱਡੀ ਸਿਚੁਏਸ਼ਨ 'ਚੋਂ ਕੱਢਿਆ, ਐਡੇ ਵੱਡੇ ਸਾਨੂੰ ਜ਼ਿੰਦਗੀ ਦਿੱਤੀ ਆ, ਅਤੇ ਮੈਂ ਹੁਣ ਤੇਰੇ ਲਈ ਗਾਊਂਗਾ ਤਾਂ ਤੇਲੀ ਵਜਾਊਂਗਾ। ਮੈਂ ਇਹਦੇ ਬਾਰੇ ਫੇਰ ਥੋੜ੍ਹਾ ਕੁ ਤੁਹਾਡੇ ਨਾਲ ਗੌਰ ਕਰੂੰਗਾ, ਪਰ ਮੈਨੂੰ ਦੱਸੋ ਕਿ ਤੁਸੀਂ ਖੁਦਾਵੰਦੀ ਯਿਸੂ ਮਸੀਹ ਨੂੰ ਕਬੂਲ ਕਰ ਲਿਆ, ਠੀਕ ਹੈ, ਤੁਸੀਂ ਮੰਨ ਲਿਆ, ਦੁਨੀਆ ਛੱਡ ਦਿੱਤੀ, ਗਾਣੇ ਵੀ ਜਿਹੜੇ ਤੁਸੀਂ ਗਾਉਂਦੇ ਹੁੰਦੇ ਸੀ ਉਹ ਵੀ ਛੱਡ ਦਿੱਤੇ। ਹਾਂਜੀ, ਤਾਂ ਤੁਸੀਂ ਫਿਰ ਜਦੋਂ ਕਬੂਲ ਕੀਤਾ ਖੁਦਾਵੰਦ ਨੂੰ, ਤਾਂ ਫਿਰ ਤੁਸੀਂ ਗਾਂ ਬੈਪਟਾਈਜ਼ ਹੋਏ। ਹਾਂਜੀ, ਬਪਤਿਸਮਾ ਲਿਆ। ਹਾਂਜੀ, ਬਸ ਪਾਕਰੂ ਦਾ ਬਪਤਿਸਮਾ ਲਿਆ। ਹਾਂਜੀ, ਉਹਦੇ ਬਾਰੇ ਥੋੜ੍ਹਾ ਕੁ ਦੱਸੋ। ਜਿੱਦਾਂ ਕਿ ਜਦੋਂ ਬਪਤਿਸਮਾ ਲੈਣ ਦੀ ਗੱਲ ਸੀ ਕਿ ਵੀ ਮੈਂ ਬਲੀਵ ਨਹੀਂ ਕਰਦਾ, ਪਹਿਲੀ ਫਸਟ ਟਾਈਮ ਬਲੀਵ ਨਹੀਂ ਕਰਦਾ ਸੀਗਾ, ਜਦੋਂ ਬਲੀਵ ਕੀਤਾ ਜੋ ਬਪਤਿਸਮਾ ਲੈਣ, ਵੀ ਸਾਡੇ ਪਾਸ ਜੀ ਕਹਿੰਦੇ ਵੀ ਇੱਦਾਂ ਤੁਸੀਂ ਅਸੀਂ ਆਉਂਦੇ ਜਾਂਦੇ ਰਹਿੰਦੇ, ਤੁਹਾਨੂੰ ਪ੍ਰਭੂ ਨੂੰ ਪੂਰਾ ਪਹਿਨਣਾ ਪੈਣਾ ਆ। ਜਦੋਂ ਅਸੀਂ ਯੂਹੰਨਾ ਦੀ ਅੰਜੀਲ 'ਚ ਬੰਦੇ ਕਿ ਇਨਸਾਨ ਨੂੰ ਨਵੀਂ ਸ੍ਰਿਸ਼ਟੀ ਪੈਦਾ ਹੋਣਾ ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਵਚਨ ਨੂੰ ਪੜ੍ਹਿਆ ਕਿ ਇਹ ਸਾਡਾ ਇੱਕ ਤਾਂ ਜਿਸਮਾਨੀ ਜਨਮ ਆ, ਪਰ ਜਦੋਂ ਜਿਹੜਾ ਰੂਹਾਨੀ ਜਨਮ ਸਾਨੂੰ ਤਾਂ ਹੀ ਮਿਲਣਾ ਕਿ ਜਦੋਂ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਦਫਨ ਕਰਾਂਗੇ। ਜਦੋਂ ਅਸੀਂ ਵਚਨ ਨੂੰ ਪੜ੍ਹਿਆ, ਯੂਹੰਨਾ ਦੀ ਅੰਜੀਲ ਦੇ ਵਿੱਚੋਂ ਤੈਨਬਾਬ 'ਚੋਂ ਪੜ੍ਹਿਆ ਕਿ ਪੁਰਾਣਾ ਇਨਸਾਨੀ ਜਿਹੜਾ ਉਹ ਜਾਊਗਾ ਜ਼ਮੀਨ ਦੇ ਵਿੱਚ, ਫਿਰ ਤੁਸੀਂ ਨਵੇਂ ਹੋਵੋਗੇ ਬਾਹਰ, ਉਹ ਸਾਨੂੰ ਜਦੋਂ ਮੈਂ ਵਚਨ ਨੂੰ ਪੜ੍ਹਿਆ ਕਿ ਇਸ ਜੀਵਨ ਦੇ ਵਿੱਚ ਜਿੰਨਾ ਚਿਰ ਅਸੀਂ ਬਪਟਾਈਜ਼ ਨਹੀਂ ਕਰਦੇ ਆਪਣਾ ਨਵਾਂ ਜਨਮ ਨਹੀਂ ਲੈਂਦੇ, ਤਾਂ ਉਸ ਤਰ੍ਹਾਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣ ਸਕਦੇ, ਸਵਰਗ ਵਿੱਚ ਨਹੀਂ ਜਾ ਸਕਦੇ। ਅਤੇ ਉਸ ਗੱਲ ਨੂੰ ਪੜ੍ਹਿਆ ਅਤੇ ਗੌਰ ਕੀਤਾ, ਫਿਰ ਮੈਂ ਆਪਣੀ ਜ਼ਿੰਦਗੀ ਨੂੰ ਸਮਝਿਆ ਕਿ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ, ਕਿਉਂਕਿ ਜੇ ਅਸੀਂ ਬਪਤਿਸਮਾ ਨਹੀਂ ਲੈਂਦੇ ਤਾਂ ਅਸੀਂ ਪ੍ਰਭੂ ਦੇ ਕੋਲ ਨਹੀਂ ਜਾ ਸਕਦੇ। ਅਤੇ ਮੈਂ ਇਸ ਕਰਕੇ ਸਾਨੂੰ ਬਪਤਿਸਮਾ ਲਿਆ, ਅਤੇ ਮੈਂ ਪ੍ਰਭੂ ਦਾ ਧੰਨਵਾਦ ਕਰਦਾ। ਤਾਂ ਇਹ ਤਾਂ ਹੋ ਗਿਆ ਪਾਣੀ ਦਾ ਬਪਤਿਸਮਾ ਤੁਸੀਂ ਲਿਆ, ਤਾਂ ਜਦੋਂ ਇਹ ਰੂਹ ਦਾ ਬਪਤਿਸਮਾ ਤੁਹਾਨੂੰ ਕਿੱਦਾਂ ਮਿਲਿਆ?
ਹੋਣਾ ਅਤੇ ਮਤਲਬ ਮੈਨੂੰ ਪਤਾ ਵੀ ਨਹੀਂ ਸੀ ਕਿ ਕਦੋਂ ਖੁਦਾ ਨੇ ਮਸਾ ਕਰਨਾ ਸੀਗਾ ਇਸ ਗੱਲ ਨੂੰ ਕਿ ਖੁਦਾ ਨੇ ਮੈਨੂੰ ਇਸ ਗੱਲ ਹੀ ਚੁਣਿਆ ਸੀਗਾ ਅਤੇ ਜਦੋਂ ਮੈਨੂੰ ਕੁਛ ਸਾਜ ਨਹੀਂ ਵਜਾਉਣਾ ਤਾਂ ਕੋਈ ਇੰਟਰਡਿਊਸ ਨਹੀਂ ਉਹ ਵਜਾਉਣਾ ਹੁੰਦਾ ਸੀਗਾ ਜਦੋਂ ਖੁਦਾ ਦੇ ਰੂਹ 'ਚ ਭਿੱਜੇ ਰਹਿਣਾ ਅਤੇ ਖੁਦਾ ਦੱਸਦਾ ਸੀ ਕਿ ਕਿਹੜੀ ਗੱਲ ਲਈ ਤੈਨੂੰ ਮੈਂ ਚੁਣਿਆ ਹੈ ਅਤੇ ਸੱਚਮੁੱਚ ਮੈਨੂੰ ਪਵਿੱਤਰ ਆਤਮਾ ਉਦੋਂ ਮਿਲਿਆ ਉਹਦੇ ਰੂਹ ਨਾਲ ਭਰਿਆ ਜਦੋਂ ਉਹਦੀ ਵਰਸ਼ਿਪ ਦੇ ਵਿੱਚ ਆਰਾਧਨਾ ਦੇ ਵਿੱਚ ਮੈਂ ਗਿਆ ਜਦੋਂ ਖੁਦਾ ਦੇ ਦਾਸਾਂ ਨੇ ਪ੍ਰੇਅਰ ਕੀਤੀ ਅਤੇ ਫਿਰ ਉਸ ਮੈਂ ਚੀਜ਼ ਨੂੰ ਫੀਲ ਕੀਤਾ ਕਿ ਖੁਦਾ ਦਾ ਪਵਿੱਤਰ ਆਤਮਾ ਮੇਰੇ ਵਿੱਚ ਆ ਕਿ ਖੁਦਾ ਮੇਰੇ ਨਾਲ ਗੱਲਾਂ ਕਰਦਾ ਸੀ ਹੋਰ ਮੈਂ ਇਸ ਖਾਸ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਮੈਂ UK ਦੇ ਵਿੱਚ ਵੀ ਆਉਣਾ ਸੀਗਾ ਅਤੇ ਖੁਦਾ ਨੇ ਮੈਨੂੰ ਪਹਿਲਾਂ ਦਿਖਾਇਆ ਗੱਲਾਂ ਸਾਰੀਆਂ ਮੈਂ ਕੀ ਕਰਦਾ ਕਿੱਥੇ ਹਾਂ ਕੀ ਕੰਮ ਸਾਰਾ ਕੁਛ ਪ੍ਰਭੂ ਨੇ ਮੈਨੂੰ ਸੁਪਨੇ ਦੁਆਰਾ ਦੱਸੀਆਂ ਗੱਲਾਂ ਮੈਂ ਜਦੋਂ ਕਿਸੇ ਨਾਲ ਜ਼ਿਕਰ ਵੀ ਕਰਦਾ ਹੁੰਦਾ ਸੀ ਉਸ ਟਾਈਮ ਦੇ ਵਿੱਚ ਤਾਂ ਲੋਕ ਮੈਨੂੰ ਮਜ਼ਾਕ ਸਮਝਦੇ ਵੀ ਇਹ ਗੱਲਾਂ ਸੱਚੀਆਂ ਨਹੀਂ ਆ ਅਤੇ ਮੈਂ ਉਹ ਅੱਜ ਦੇਖਦਾ ਹਾਂ ਕਿ ਖੁਦਾ ਨੇ ਮੈਨੂੰ ਕਿੱਦਾਂ ਇਸਤੇਮਾਲ ਕੀਤਾ ਮੈਂ ਆਪਣੀਆਂ ਅੱਜ ਤੋਂ ਪੁਰਾਣੀਆਂ YouTube 'ਤੇ ਫਿਲਮਾਂ ਦੇਖਦਾ ਸੀ ਪ੍ਰੋਗਰਾਮ ਦੇਖਦਾ ਸੀਗਾ ਅਤੇ ਮੈਂ ਬਹੁਤ ਹੈਪੀ ਹੁੰਦਾ ਸੀ ਮੈਂ ਆਪਣੇ ਫਰੈਂਡਾਂ ਵੀ ਦੱਸਦਾ ਸੀਗਾ ਵੀ ਮੈਨੂੰ ਖੁਦਾ ਨੇ ਕਿੱਥੋਂ ਚੱਕ ਕੇ ਕਿੱਥੇ ਲਿਆਂਦਾ ਅਤੇ ਮੈਂ ਕੀ ਸੀਗਾ ਮੈਂ ਇਸ ਤੱਕ ਮੈਂ ਵੀ ਜਾਣੀ ਪਾਸਟਰ ਜੀ ਜਦੋਂ ਸੰਡੇ ਹੁੰਦਾ ਸੀਗਾ ਮੈਂ ਪਾਸਟਰਾਂ ਨੂੰ ਬੁਰਾ ਭਲਾ ਬੋਲਦਾ ਹੁੰਦਾ ਸੀਗਾ ਨਹੀਂ ਯਾਰ ਸਾਡੀ ਤਾਂ ਲਾਈਫ ਹੀ ਖਰਾਬ ਹੋ ਗਈ ਸੰਡੇ ਜਦੋਂ ਉਸ ਟਾਈਮ ਦੇ ਵਿੱਚ ਅੱਜ ਤੋਂ 20 ਈਅਰ ਮੈਂ ਬੈਕ ਦੀ ਗੱਲ ਕਰਦਾ ਅਤੇ ਬਹੁਤ ਸਪੀਕਰ ਹੁੰਦਾ ਸੀ ਲੱਗੇ ਹੋਣੇ ਵੱਡੇ ਵੱਡੇ ਸਪੀਕਰ ਲਾਏ ਹੋਣੇ ਉਹਨੇ ਗੀਤ ਲਾਏ ਹੋਣੇ ਕਹਿੰਦਾ ਅਸੀਂ ਤਾਂ ਕ੍ਰਿਕਟ ਖੇਡਣਾ ਹੁੰਦਾ ਅਤੇ ਉਹਨਾਂ ਨੇ ਬੰਦਗੀ ਕਰੀ ਜਾਣੀ ਪ੍ਰਾਰਥਨਾ ਕਰੀ ਜਾਣੀ ਪਾਸਟਰ ਜੀ ਨੇ ਅਤੇ ਉਹ ਪਾਸਟਰ ਨੂੰ ਮੈਂ ਬੁਰਾ ਭਲਾ ਬੋਲਦਾ ਹੁੰਦਾ ਸੀਗਾ ਅਤੇ ਦਿਲਾਂ ਐਡੀ ਮੁਸੀਬਤ ਦੇ ਆਉਣ ਦੇ ਬਾਵਜੂਦ ਉਹੀ ਪਾਸਟਰ ਦੇ ਨਾਲ ਮੈਂ ਸੇਵਾ ਕੀਤੀ 15-16-17 ਸਾਲ ਅਤੇ ਜਾਣੀ ਪਵਿੱਤਰ ਆਤਮਾ ਮਿਲਿਆ ਉਦੋਂ ਅਤੇ ਉਸ ਗੱਲਾਂ ਨੂੰ ਜਾਣਿਆ ਜੋ ਖੁਦਾ ਨੇ ਮੇਰੀ ਜ਼ਿੰਦਗੀ 'ਚ ਰੱਖੀਆਂ ਸੀ ਮੈਨੂੰ ਦਿਖਾਇਆ ਕਿ ਖੁਦਾ ਨੇ ਕਿਸ ਗੱਲ ਲਈ ਤੈਨੂੰ ਚੁਣਿਆ ਤਾਂ ਤੂੰ ਕਿਹੜੇ ਕੰਮ ਕਰਨੇ ਆ ਸੋ ਪੁਰਾਣਾ ਜਿਹੜਾ ਜਗਤਾਰ ਸੀ ਉਹ ਤਾਂ ਗਿਆ ਖਤਮ ਜੀ ਉਹ ਤਾਂ ਪਾਣੀ ਦੇ ਵਿੱਚ ਰਹਿ ਗਿਆ ਪਾਣੀ 'ਚ ਜੀ ਪਰ ਜਿਹੜਾ ਨਵਾਂ ਜਗਤਾਰ ਉੱਠਿਆ ਉਹ ਇੱਥੋਂ ਤਾਂ ਕਿ ਦੇਸ਼ ਵੀ ਛੱਡ ਕੇ ਔਰ UK ਆ ਗਿਆ ਹਾਲੇਲੂਇਆ ਤਾਂ ਮੈਨੂੰ ਇਹ ਦੱਸੋ ਕਿ ਇੱਥੇ ਇੰਨੀ ਅੱਛੀ ਕੰਟਰੀ ਇੱਥੇ ਇੰਨੇ ਅੱਛੇ ਹਾਲਾਤ ਹੈ ਠੀਕ ਹੈ ਨਾ ਖੁਦਾ ਨੇ ਬੜੇ ਅੱਛੇ ਅੱਛੇ ਜਿੱਦਾਂ ਕਹਿੰਦੇ ਹੁੰਦੇ ਵੀ ਇੰਸਟੀਟਿਊਸ਼ਨ ਵੀ ਬਣਾਏ ਹੈਗੇ ਆ ਔਰ ਇੱਥੋਂ ਤਾਂ ਕਿ ਅਸਮਾਨ ਬਣਾਇਆ ਹਰੇਕ ਦੁਨੀਆ ਦੇ ਵਿੱਚ ਜਾ ਕੇ ਦੇਖ ਲਓ ਅਸਮਾਨ ਤਾਰੇ ਬੜੇ ਅੱਛੇ ਅੱਛੇ ਦਰਖਤ ਪਾਏ ਹੈਗੇ ਅੰਦਰੋਂ ਬੜਾ ਦਿਲ ਖੁਸ਼ ਹੁੰਦਾ ਜਦੋਂ ਆਪਾਂ ਦੇਖਦੇ ਹੈਗੇ ਕਿ ਦੁਨੀਆ ਕਾਇਨਾਤ ਸਾਰੀ ਤਾਂ ਤੁਹਾਡੀ ਜਿਹੜੇ ਲਿਖਣ ਦਾ ਜਿਹੜਾ ਤੁਹਾਡਾ ਹੈਗਾ ਟੈਲੈਂਟ ਜੀ ਉਹ ਤੁਸੀਂ ਕਿੱਦਾਂ ਮਤਲਬ ਸਾਨੂੰ ਦੱਸੋ ਵੀ ਜਦੋਂ ਤੁਸੀਂ ਗਾਣਾ ਕੋਈ ਲਿਖਦੇ ਹੈਗੇ ਤਾਂ ਤੁਹਾਡਾ ਅੰਦਰੋਂ ਆਵਾਜ਼ ਆਉਂਦੀ ਹੈ ਜਾਂ ਪਾਕ ਰੂਹ ਤੁਹਾਨੂੰ ਦੱਸਦੀ ਹੈਗੀ ਵੀ ਮਤਲਬ ਸਾਨੂੰ ਆਪਣੇ ਫੀਲਿੰਗ ਦੱਸੋ ਐਜ਼ ਅ ਲਿਰਿਸਿਸਟ ਵੀ ਤੁਸੀਂ ਇਹ ਕਿਹੜੇ ਮੋਡ ਦੇ ਵਿੱਚ ਕਿੱਦਾਂ ਜਾ ਕੇ ਤੁਸੀਂ ਕਿੱਦਾਂ ਗਾਣੇ ਲਿਖਦੇ ਬਸ ਥੈਂਕ ਯੂ ਤੁਸੀਂ ਬਹੁਤ ਅੱਛਾ ਮੈਨੂੰ ਕੁਐਸਚਨ ਕੀਤਾ ਸਵਾਲ ਕੀਤਾ ਬਸ ਜੀ ਮੈਂ ਥੈਂਕ ਯੂ ਕਰਦਾ ਇਸ ਗੱਲ ਨੂੰ ਮੈਨੂੰ ਨਹੀਂ ਪਤਾ ਸੀ ਬਸ ਜੀ ਕਿ ਮੈਂ ਕਿੱਦਾਂ ਲਿਖਣੇ ਜਾਂ ਕੀ ਪਤਾ ਨਾ ਤਾਂ ਐਜ਼ ਏ ਬੱਚੇ ਨੂੰ ਪੜ੍ਹਦਾ ਹੁੰਦਾ ਸੀਗਾ ਅਤੇ ਜਦੋਂ ਮੈਂ UK ਦੇ ਵਿੱਚ ਸੀਗਾ ਆਇਆ ਅਤੇ ਮੈਂ ਬਹੁਤ ਜਿੱਦਾਂ ਉਹਨਾਂ ਚੀਜ਼ਾਂ ਸਾਹਮਣਾ ਕੀਤਾ ਅਤੇ ਜਦੋਂ ਮੈਂ ਇਕੱਲੇ ਹੋਣਾ ਇਕਾਂਤ ਦੇ ਵਿੱਚ ਹੋਣਾ ਮੈਂ ਜਦੋਂ ਬਾਈਬਲ ਪੜ੍ਹਨੀ ਅਤੇ ਮੈਨੂੰ ਗੀਤ ਲਿਖਣ ਦਾ ਕੋਈ ਤੋੜਾ ਨਹੀਂ ਸੀ ਜਾਂ ਟੈਲੈਂਟ ਨਹੀਂ ਜਾਂ ਮੈਂ ਆਪਣੀ ਸੋਚ ਨਾਲ ਹੀ ਲਿਖ ਸਕਦਾ ਸੀਗਾ ਜੇ ਮੈਂ ਲਿਖਾਂ ਅਤੇ ਜਦੋਂ ਮੈਂ ਇੱਦਾਂ ਬੈਠਾ ਸੀਗਾ ਇਕਾਂਤ ਦੇ ਵਿੱਚ ਅਤੇ ਫਿਰ ਮੈਂ ਦੁਆ ਕਰੀ ਜਾਣੀ ਦੁਆ ਕਰੀ ਸਮਟਾਈਮ ਮੈਂ ਜਦੋਂ ਖੁੱਲ੍ਹੀ ਜਗ੍ਹਾ 'ਚ ਬਾਹਰ ਚੱਲ ਜਾਂਦਾ ਹਾਂ ਜਾਂ ਖੁੱਲ੍ਹੀ ਜਗ੍ਹਾ 'ਚ ਬਾਹਰ ਜਗ੍ਹਾ ਜਾ ਕੇ ਜਿੱਦਾਂ ਕਦੀ ਦਰੱਖਤਾਂ ਨੂੰ ਜਾਂ ਪੰਛੀ ਆ ਉੱਥੇ ਜਾ ਕੇ ਦਰਖਤ 'ਤੇ ਬਹਿ ਜਾਣਾ ਕਿ ਚੀਜ਼ਾਂ 'ਤੇ ਬਹਿ ਜਾਣਾ ਫਿਰ ਮੈਂ ਕਲਮ ਵੀ ਲੈ ਜਾਣੀ ਆਪਣੇ ਕੋਲ ਜਿੱਦਾਂ ਖੁਦਾ ਨੇ ਦੱਸਣਾ ਉਹ ਵੀ ਚੀਜ਼ਾਂ ਮੈਂ ਐਡ ਕਰ ਲੈਣੀਆਂ ਵੀ ਮੈਨੂੰ ਕੀ ਲਿਖਣਾ ਚਾਹੀਦਾ ਕੀ ਨਹੀਂ ਲਿਖਣਾ ਚਾਹੀਦਾ ਜਦੋਂ ਅਸੀਂ ਪ੍ਰੇਅਰ ਦੇ ਵਿੱਚ ਹੁੰਦੇ ਹਾਂ ਉਦੋਂ ਵੀ ਮੈਂ ਲਿਖਦਾ ਹੁੰਦਾ ਜਦੋਂ ਮੇਰੇ ਜਿੱਦਾਂ ਮਨ 'ਚ ਮੈਂ ਤੁਰਿਆ ਜਾਂਦਾ ਹਾਂ ਉਦੋਂ ਵੀ ਮੇਰੇ ਮਨ 'ਚ ਖੁਦਾ ਧੁੰਨ ਵੀ ਦਿੰਦਾ ਆ ਅਤੇ ਗੀਤ ਵੀ ਦੇ ਦਿੰਦਾ ਨਾਲ ਹੀ ਅਤੇ ਮੈਨੂੰ ਉਦੋਂ ਪਤਾ ਵੀ ਨਹੀਂ ਹੁੰਦਾ ਮੈਂ ਆਪਣੇ ਫਰੈਂਡ ਨਾਲ ਦੱਸ ਦਿੰਦਾ ਸੀਗਾ ਕਿ ਮੈਨੂੰ ਅੱਜ ਖੁਦਾ ਨੇ ਆਹ ਦਿੱਤਾ ਤਾਂ ਉਹਨੇ ਉਸ ਵੇਲੇ ਪਲੇ ਕਰਨੀ ਤਾਂ ਉਹਨੇ ਅਸੀਂ ਗੀਤ ਨੂੰ ਕੱਢ ਲੈਣਾ ਅਤੇ ਬਹੁਤ ਸਾਰੇ ਗੀਤ ਮੈਂ ਇਸ UK ਦੇ ਵਿੱਚ ਆ ਕੇ ਲਿਖੇ ਜਿਹੜੇ ਕਿ ਮੈਂ ਇੰਡੀਆ ਵਿੱਚ ਨਹੀਂ ਲਿਖਦਾ ਹੁੰਦਾ ਸੀਗਾ ਜਾਂ ਨਾ ਮੈਂ ਸਿਰਫ ਗਾਉਂਦਾ ਹੁੰਦਾ ਸੀਗਾ ਪਰ ਜਦੋਂ ਖੁਦਾ ਨੇ ਇੱਕ ਹੋਰ ਟੈਲੈਂਟ ਦਿੱਤਾ ਕਿ ਮੈਂ ਲਿਖ ਵੀ ਸਕਾਂ ਖੁਦਾ ਨੇ ਮੈਨੂੰ ਆਪਣੇ ਉਹ ਚੀਜ਼ਾਂ ਪਾਈਆਂ ਜੋ ਵਚਨ ਦੇ ਵਿੱਚੋਂ ਮੈਂ ਲਿਖਾਂ ਅਤੇ ਮੈਂ ਬਹੁਤ ਸਾਰੇ ਗੀਤ ਜਿਹੜੇ ਲਿਖੇ ਆ ਬਹੁਤ ਸਾਰੇ ਗੀਤ ਕਿ ਰਿਲੀਜ਼ ਕਰ ਚੁੱਕਾ ਹਾਂ ਬਹੁਤ ਸਾਰੇ ਗੀਤ ਆ ਜਿਹੜੇ ਮੇਰੇ ਰਿਲੀਜ਼ ਹੋਣ ਵਾਲੇ ਆ ਸੋ ਜਗਤਾਰ ਜੀ ਨੇ ਬਹੁਤ ਹੀ ਅੱਛੇ ਅੱਛੇ ਗਾਣੇ ਵੀ ਲਿਖੇ ਹੈਗੇ ਆ ਔਰ ਰਿਕਾਰਡ ਵੀ ਕੀਤੇ ਹੈਗੇ ਆ ਕਿਉਂ ਨਾ ਆਪਾਂ ਇੱਕ ਗਾਣਾ ਇਹਨਾਂ ਦਾ ਸੁਣੀਏ ਔਰ ਦੇਖੀਏ ਪਿੱਛੇ ਤੂੰ ਚੱਲਦਾ ਜਾਵੀਂ ਯਿਸੂ ਦੇ ਪਿੱਛੇ ਯਿਸੂ ਦੇ ਉੱਤੇ ਅੱਖੀਆਂ ਤੂੰ ਲਾਵੀਂ ਯਿਸੂ ਦੇ ਉੱਤੇ ਅੱਖੀਆਂ ਤੂੰ ਲਾਵੀਂ ਤੂੰ ਚੱਲਦਾ ਜਾਵੀਂ ਯਿਸੂ
ਦੇ ਪਿੱਛੇ ਤੂੰ ਚੱਲਦਾ ਜਾਵੀਂ ਯਿਸੂ ਦੇ ਪਿੱਛੇ ਸਲੀਬ ਤੁਰਦਾ ਤੂੰ ਜਾਵੀ ਚੁੱਕ ਕੇ ਸਲੀਬ ਤੁਰਦਾ ਤੂੰ ਜਾਵੀ ਤੂੰ ਰੱਖ ਭਰੋਸਾ ਯਿਸੂ ਦੇ ਉੱਤੇ ਤੂੰ ਰੱਖ ਭਰੋਸਾ ਯਿਸੂ ਦੇ ਉੱਤੇ ਤਾਂ ਤੁਸੀਂ ਅੱਜ ਕੱਲ੍ਹ ਕਿੱਦਾਂ ਪ੍ਰਭੂ ਦੀ ਸੇਵਾ ਕਰਦੇ ਹੈਗੇ ਵੀਰ ਪ੍ਰਭੂ ਦਾ ਸ਼ੁਕਰ ਹੈ ਪਾਸਟਰ ਜੀ ਮੈਂ ਸੇਵਾ ਐਜ਼ ਏ ਅਸੀਂ ਕਲਵਰੀ ਚਰਚ ਵਿੱਚ ਜਾਂਦਾ ਮੈਂ ਅਤੇ ਉੱਥੇ ਪ੍ਰਭੂ ਦੀ ਮਹਿਮਾ ਕਰਦੇ ਹਾਂ ਹੋਰ ਵੀ ਜਿੱਥੇ ਸਾਨੂੰ ਮੌਕਾ ਮਿਲਦਾ ਪ੍ਰਭੂ ਦੀ ਆਰਾਧਨਾ ਕਰਨ ਦੇ ਲਈ ਪ੍ਰਭੂ ਦੀ ਮਹਿਮਾ ਕਰਨ ਲਈ ਅਸੀਂ ਅਵੇਲੇਬਲ ਹੁੰਦੇ ਹਾਂ ਜਾਂਦੇ ਹਾਂ ਪ੍ਰਭੂ ਦਾ ਸ਼ੁਕਰ ਕਰਦਾ ਧੰਨਵਾਦ ਕਰਦਾ ਅੱਛਾ ਜੀ ਦੱਸ ਜਗਤਾਰ ਜੀ ਕਿ ਖੁਦਾ ਵਾਕਿਆ ਵਿੱਚ ਮਿਰੇਕਲਸ ਕਰਦਾ ਯੈਸ ਜਦੋਂ ਅਸੀਂ ਪ੍ਰਭੂ ਦੀ ਵਰਸ਼ਿਪ ਕਰਦੇ ਹਾਂ ਆਰਾਧਨਾ ਕਰਦੇ ਕਿਉਂਕਿ ਵਚਨ 'ਚ ਲਿਖਿਆ ਜਿੱਥੇ ਉਹਦੀ ਸਤੁਤੀ ਕੀਤੀ ਜਾਂਦੀ ਹੈ ਪਰਮੇਸ਼ੁਰ ਉੱਥੇ ਵਿਰਾਜਮਾਨ ਹੁੰਦਾ ਸੱਚ ਮੈਂ ਜਦੋਂ ਦੀ ਅਸੀਂ ਸਤੁਤੀ ਕਰਦੇ ਪਰਮੇਸ਼ੁਰ ਵਿਰਾਜਮਾਨ ਉੱਥੇ ਉਹਦਾ ਤਖਤ ਲੱਗਦਾ ਸੱਚਮੁੱਚ ਬਹੁਤ ਵੱਡੇ ਮਿਰੇਕਲ ਹੁੰਦੇ ਆ ਸਾਨੂੰ ਫੋਨਸ ਆਉਂਦੇ ਆ ਕਾਲਾਂ ਆਉਂਦੀਆਂ ਵੀ ਜਦੋਂ ਅਸੀਂ ਵਰਸ਼ਿਪ ਕਰਦੇ ਸੀ ਆਰਾਧਨਾ ਕਰਦੇ ਸੀ ਸਾਡੇ ਬੰਧਨ ਟੁੱਟ ਗਏ ਬਿਮਾਰੀ ਤੋਂ ਸ਼ਿਫਾ ਮਿਲੀ ਬਹੁਤ ਸਾਰੇ ਲੋਕ ਹੀਲ ਹੁੰਦੇ ਆ ਪ੍ਰਭੂ ਦਾ ਸ਼ੁਕਰ ਹੈ ਪ੍ਰਭੂ ਯਿਸੂ ਮਸੀਹ ਉਹਨੂੰ ਜੇ ਆਪਾਂ ਡਿਸਕ੍ਰਿਪਸ਼ਨ ਦੇਈਏ ਤਾਂ ਉਹ ਇੱਦਾਂ ਦਾ ਖੁਦਾ ਹੈ ਕਿ ਜਿਹੜਾ ਜੀਂਦਾ ਖੁਦਾ ਜਿਹੜਾ ਖੁਦਾ ਸੀ ਹੈ ਔਰ ਆਉਣ ਵਾਲਾ ਹੈ ਠੀਕ ਹੈ ਨਾ ਔਰ ਇਹ ਵੀ ਨਹੀਂ ਕੋਈ ਲੱਕੜ ਦਾ ਬਣਿਆ ਹੈ ਜਾਂ ਪੱਥਰ ਦਾ ਬਣਿਆ ਹੈ ਹਾਂਜੀ ਤਾਂ ਜੇ ਕੋਈ ਜਣਾ ਤੁਹਾਨੂੰ ਪੁੱਛੇ ਵੀ ਤੁਸੀਂ ਆਪਣੇ ਖੁਦਾ ਨਾਲ ਗੱਲਾਂ ਕਰਦੇ ਹਾਂ ਤਾਂ ਤੁਸੀਂ ਉਹਨਾਂ ਨੂੰ ਕੀ ਜਵਾਬ ਦੇਵੋਗੇ ਖੁਦਾ ਆਤਮਾ ਆ ਕਿਉਂਕਿ ਜਿਹੜੇ ਆਤਮਾ ਦੁਆਰਾ ਉਹਦੀ ਬੰਦਗੀ ਵਚਨ ਲਿਖਿਆ ਕਿ ਜਿਹੜੇ ਪਰਮੇਸ਼ੁਰ ਆਤਮਾ ਜਿਹੜਾ ਉਹਦੀ ਆਤਮਾ ਦੁਆਰਾ ਭਗਤੀ ਆਰਾਧਨਾ ਕਰਦਾ ਹੈ ਤਾਂ ਪਰਮੇਸ਼ੁਰ ਉਹਨਾਂ ਨਾਲ ਗੱਲ ਕਰਦਾ ਹੈ ਕਿਉਂਕਿ ਜਦੋਂ ਅਸੀਂ ਪਰਮੇਸ਼ੁਰ ਦੀ ਆਤਮਾ ਦੁਆਰਾ ਆਵਾਜ਼ ਸੁਣਦੇ ਤਾਂ ਪਰਮੇਸ਼ੁਰ ਸਾਡੀ ਜ਼ਰੂਰ ਸੁਣਦਾ ਆ ਕਿਉਂਕਿ ਅਸੀਂ ਆਤਮਾ ਦੁਆਰਾ ਚੱਲਦੇ ਹਾਂ ਨਾ ਕਿ ਸਰੀਰ ਦੇ ਅਨੁਸਾਰ ਚੱਲਦੇ ਹਾਂ ਅਤੇ ਪ੍ਰਭੂ ਸਾਡੀ ਜ਼ਰੂਰ ਸੁਣਦਾ ਆ ਉਹ ਜੋ ਅਸੀਂ ਕਹਿੰਦੇ ਹਾਂ ਪ੍ਰਭੂ ਕਰਦਾ ਆ ਕਿਉਂਕਿ ਮੈਂ ਸੋਚਿਆ ਵੀ ਨਹੀਂ ਸੀ ਮੈਂ ਕਿੱਥੇ ਆਉਣਾ ਸੀ ਅਤੇ ਮੈਂ ਕੀ ਕੰਮ ਕਰਨਾ ਸੀ ਪਰ ਪ੍ਰਭੂ ਜੀ ਮੇਰੇ ਲਈ ਬਹੁਤ ਵੱਡੀ ਯੋਜਨਾ ਆ ਅਤੇ ਮੈਂ ਉਹ ਕੰਮ ਕਰਦਾ ਹਾਂ ਅਤੇ ਆਉਣ ਵਾਲੇ ਟਾਈਮ 'ਚ ਹੋਰ ਪ੍ਰਭੂ ਦੀ ਲਈ ਮਹਿਮਾ ਲਈ ਮੈਨੂੰ ਖੁਦਾ ਨੇ ਪਤਾ ਆ ਉਹ ਰੱਖੇ ਆ ਮੇਰੀ ਜ਼ਿੰਦਗੀ ਦੇ ਵਿੱਚ ਉਹ ਕਰੂੰਗਾ ਜ਼ਰੂਰ ਅਤੇ ਕੋਈ ਮਿਰੇਕਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਕਿ ਜਿਹੜਾ ਤੁਸੀਂ ਐਕਸਪਲੇਨ ਕਰ ਸਕਦੇ ਜਾਂ ਤੁਸੀਂ ਕੋਈ ਦੇਖਿਆ ਤੁਹਾਡੇ ਚਰਚ ਦੇ ਵਿੱਚ ਜਾਂ ਬਿਕੋਜ਼ 100 ਇਸ ਵੇਲੇ ਬੰਦੇ ਟੈਲੀਵਿਜ਼ਨ ਆਪਣੇ ਪ੍ਰੋਗਰਾਮ ਦੇਖ ਰਹੇ ਹੈਗੇ ਜਿਹੜੇ ਸ਼ਾਇਦ ਬਿਮਾਰ ਹੋਣ ਸ਼ਾਇਦ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਕਮੀ ਆ ਕੋਈ ਘੱਟੀ ਹੈਗੀ ਆ ਅਤੇ ਜਿਹੜੇ ਇਸ ਵੇਲੇ ਭੁੱਖੇ ਪਿਆਸੇ ਹੈਗੇ ਕਿ ਉਹਨਾਂ ਨੂੰ ਉਹ ਦੇਖ ਕੇ ਜਿਹਨਾਂ ਨੂੰ ਤੁਸੀਂ ਹੌਂਸਲਾ ਦੇ ਸਕਦੇ ਵੀ ਵਾਕਿਆ ਦੇ 'ਚ ਇੱਕ ਖੁਦਾ ਹੈ ਕਿ ਜਿਹੜਾ ਤੁਹਾਡੇ ਮਦਦ ਪੂਰੀ ਕਰ ਸਕਦਾ ਹੈ ਕੋਈ ਇੱਦਾਂ ਦਾ ਸ਼ੇਅਰ ਕਰ ਸਕਦੇ ਜੀ ਹਾਂ ਪਾਸਟਰ ਜੀ ਮੈਂ ਜ਼ਰੂਰ ਜਿਹੜੀ ਕਿ ਮਿਰੇਕਲ ਦੀ ਗੱਲ ਹੈ ਕਿ ਮੈਂ ਸਭ ਤੋਂ ਪਹਿਲਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਦੱਸ ਸਕਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਮਿਰੇਕਲ ਹੋਇਆ ਅਤੇ ਮੈਂ ਉਸ ਨੂੰ ਜੋ ਤੁਹਾਨੂੰ ਅੱਜ ਤੱਕ ਦੱਸ ਦਿੱਤਾ ਕਿ ਇਹੀ ਵੱਡੀ ਮੇਰੀ ਜ਼ਿੰਦਗੀ 'ਤੇ ਮਿਰੇਕਲ ਹੈ ਕਿਉਂਕਿ ਵਚਨ 'ਚ ਲਿਖਿਆ ਕਿ ਤੁਹਾਡੇ ਸ਼ੁਭ ਕਰਮਾਲ ਦੇਖ ਕੇ ਲੋਕ ਪਰਮੇਸ਼ੁਰ ਦੀ ਵਡਿਆਈ ਕਰਨਗੇ ਕਿਉਂਕਿ ਖੁਦਾ ਨੇ ਮੇਰਾ ਜੀਵਨ ਇੱਦਾਂ ਦਾ ਬਣਾਇਆ ਕਿਉਂਕਿ ਵਚਨ 'ਚ ਲਿਖਿਆ ਕਿ ਇਨਸਾਨ ਆਪਣੇ ਚੰਗੀਆਂ ਕੰਮਾਂ ਦੇ ਕਾਰਨ ਨਹੀਂ ਬਣ ਸਕਦਾ ਜਾਂ ਆਪਣੇ ਚੰਗੇਪਨ ਦੇ ਨਾਲ ਕੁਛ ਨਹੀਂ ਬਣ ਸਕਦਾ ਸੱਚਮੁੱਚ ਖੁਦਾ ਨੇ ਇਸ ਚੀਜ਼ ਨੂੰ ਸਾਨੂੰ ਚੁਣਿਆ ਉਹ ਸਾਡੀ ਜ਼ਿੰਦਗੀ 'ਚ ਇਹੀ ਮਿਰੇਕਲ ਆ ਕਿ ਖੁਦਾ ਨੇ ਸਾਨੂੰ ਚੁਣਿਆ ਉਹ ਕਿੱਦਾਂ ਦੇ ਇਨਸਾਨ ਸੀਗੇ ਤਾਂ ਜਦੋਂ ਅਸੀਂ ਉਹਦੀ ਆਰਾਧਨਾ ਕਰਦੇ ਹਾਂ ਵਰਸ਼ਿਪ ਕਰਦੇ ਹਾਂ ਸੱਚਮੁੱਚ ਸਾਡੀ ਜ਼ਿੰਦਗੀ 'ਚ ਬਹੁਤ ਸਾਡੇ ਵੱਡੇ ਵੱਡੇ ਮਿਰੇਕਲ ਹੁੰਦੇ ਆ ਕਿ ਜਦੋਂ ਅਸੀਂ ਦੇਖਦੇ ਹਾਂ ਜਦੋਂ ਅਸੀਂ ਦੂਰੋਂ ਦੂਰੋਂ ਉਹਦੀ ਵਰਸ਼ਿਪ ਕਰਨ ਜਾਂਦੇ ਹਾਂ ਆਰਾਧਨਾ ਕਰਨ ਜਾਂਦੇ ਹਾਂ ਤਾਂ ਲੋਕ ਸਾਨੂੰ ਆ ਕੇ ਸਟੇਜ 'ਤੇ ਆ ਕੇ ਦੱਸਦੇ ਆ ਕਿ ਜਦੋਂ ਅਸੀਂ ਵਰਸ਼ਿਪ ਕਰਦੇ ਸੀ ਤੁਹਾਡੇ ਨਾਲ ਰਲ ਕੇ ਅਤੇ ਸਾਨੂੰ ਕੀ ਦਿਖਾਈ ਦਿੱਤਾ ਸਾਡੇ ਨਾਲ ਕੀ ਸਾਡੀ ਕੀ ਜ਼ਿੰਦਗੀ 'ਚ ਇੰਪਰੂਵਮੈਂਟ ਹੋਈ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਿਮਾਰੀ ਸੀ ਇਸ ਟਾਈਮ ਹੀਲ ਹੋਇਆ ਬਹੁਤ ਸਾਰੀਆਂ ਪਲੰਟੀ ਜਾਣੀ ਕਿ ਬਹੁਤ ਸਾਰੀਆਂ ਗਵਾਹੀਆਂ ਆ ਜਿਹੜੀਆਂ ਅਸੀਂ ਇਸ 'ਚ ਸੁਣੀਆਂ ਆ ਹਾਂਜੀ ਹਾਂਜੀ ਪ੍ਰਭੂ ਦਾ ਧੰਨਵਾਦ ਇਹ ਹੁਣ ਤੁਸੀਂ ਮੈਨੂੰ ਪਤਾ ਵੀ ਤੁਸੀਂ ਗਾਣਾ ਵੀ ਤਿਆਰ ਕੀਤਾ ਹੈ ਮੈਂ ਗਾਣਾ ਸੁਣਨਾ ਵੀ ਬਿਕੋਜ਼ ਮੈਂ ਆਪ ਬਹੁਤ ਸ਼ੌਕੀਨ ਹੈ ਕਿ ਗਾਣੇ ਜਦੋਂ ਤੁਸੀਂ ਗਾਉਂਦੇ ਹੈਗੇ ਆ ਤਾਂ ਇਹ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਜਿੰਨੇ ਵੀ ਸਰੋਤੇ ਹੈਗੇ ਸੁਣਦੇ ਹੈਗੇ ਪ੍ਰੋਗਰਾਮ ਤੁਸੀਂ ਇਹ ਦੱਸੋ ਕਿ ਕੋਈ ਥੋਟ ਜਾਂ ਕੋਈ ਦੁਆ ਜਾਂ ਕੋਈ ਖੁਦਾ ਦਾ ਵਚਨ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੈਗੇ ਹਾਂਜੀ ਮੈਂ ਵਚਨ ਪਾਸੇ ਜ਼ਰੂਰ ਸ਼ੇਅਰ ਕਰਾਂਗਾ ਮੈਂ ਅੱਜ ਹੀ ਉਸ ਨੂੰ ਵਚਨ ਨੂੰ ਪੜ੍ਹਦਾ ਸੀ ਪਹਿਲਾਂ ਥਲਸਨੇਕ ਉਹਦੇ 4 ਦੀ 16-17 ਵਿੱਚ ਲਿਖਿਆ ਕਿ
ਮੈਂ ਬਹੁਤ ਜ਼ਿਆਦਾ ਅੱਜ ਕੱਲ੍ਹ ਇਸ ਗੱਲ 'ਤੇ ਬਹੁਤ ਜ਼ੋਰ ਦਿੰਦਾ ਹਾਂ ਕਿ ਅਸੀਂ ਦੁਨੀਆ ਅੱਜ ਦੇ ਜਿਹੜੇ ਭੱਜ ਦੌੜ ਦੇ ਸਮੇਂ ਦੇ ਵਿੱਚ ਦੁਨੀਆ ਬਹੁਤ ਭੱਜ ਦੌੜ ਚੱਲ ਗਈ ਹੈ, ਪਰ ਪ੍ਰਭੂ ਦੇ ਜਿਹੜੇ ਕੰਮ ਕਰਨੇ ਉਹ ਬਹੁਤ ਜ਼ਰੂਰੀ ਆ, ਕਿਉਂਕਿ ਵਚਨ ਲਿਖਿਆ ਐਂਡ ਟਾਈਮ ਦੇ ਵਿੱਚ ਜਦੋਂ ਅਸੀਂ ਮੱਤੀ ਦੀ ਅੰਜੀਲ 24 ਪਾਠ 'ਚ ਪੜ੍ਹਦੇ ਹਾਂ ਕਿ ਪ੍ਰਭੂ ਆਉਣ ਵਾਲਾ ਹੈ ਜਲਦੀ, ਤਾਂ ਉਹ 'ਤੇ ਮੇਰਾ ਬਹੁਤ ਜ਼ਿਆਦਾ ਫੋਕਸ ਅਤੇ ਯਾਨੀ ਕਿ ਨਿਸ਼ਾਨਾ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ। ਅਤੇ ਇਸ ਤਰ੍ਹਾਂ ਦਾ ਮੈਂ ਇੱਕ ਗੀਤ ਵੀ ਲਿਖਿਆ ਸੀਗਾ, ਯੱਸੂ ਬੱਦਲਾਂ 'ਤੇ ਆਉਣਾ ਜੇ ਤੂੰ ਨਾਲ ਜਾਣਾ ਬੰਦੇ ਕਰ ਲਿਆ ਤਿਆਰੀ, ਯੱਸੂ ਬੱਦਲਾਂ 'ਤੇ ਆਉਣਾ। ਅਤੇ ਪ੍ਰਭੂ ਯੇਸ਼ੂ ਮਸੀਹ ਬੱਦਲਾਂ 'ਤੇ ਆਉਣ ਵਾਲਾ ਆ, ਅਤੇ ਉਹਦਾ ਵਚਨ ਸੱਚਾ ਹੈ। ਉਹਨੇ ਕਿਹਾ ਜ਼ਮੀਨ ਔਰ ਅਸਮਾਨ ਟਲ ਜੂਗਾ ਪਰ ਮੇਰਾ ਵਚਨ ਨਹੀਂ ਟਲੂਗਾ। ਪ੍ਰਭੂ ਕਹਿ ਕੇ ਗਿਆ ਹੈ ਮੈਂ ਵਾਪਸ ਆ ਰਿਹਾ ਹਾਂ। ਤਾਂ ਇਸੇ ਤਰ੍ਹਾਂ ਦਾ ਮੈਂ ਇੱਕ ਗੀਤ ਲਿਖਿਆ ਸੀ, ਜੇ ਤੁਸੀਂ ਇਜਾਜ਼ਤ ਦਿਓਗੇ ਮੈਂ ਜ਼ਰੂਰ ਅੱਜ ਗਾਊਂਗਾ, ਕਿ ਨਾਲੇ ਸਰੋਤਿਆਂ ਨੂੰ ਜਿੰਨੇ ਵੀ ਮੇਰੇ ਭੈਣ ਭਾਈ ਔਰ ਮੇਰੇ ਦੋਸਤ ਜਿੰਨੇ ਵੀ ਸੁਣਦੇ ਆ ਇਸ ਟੀਵੀ 'ਤੇ। ਮੈਂ ਪਾਸਟਰ ਜੀ ਨਾਲ ਲਾਈਵ ਹੋਇਆ ਕਿ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦਾ ਕਿ ਪਾਸਟਰ ਜੀ ਨੇ ਅਪਰਚੁਨਿਟੀ ਦਿੱਤੀ ਕਿ ਅਸੀਂ ਮੈਂ ਆਪਣੀ ਗਵਾਹੀ ਨੂੰ ਸਾਰੀ ਦੁਨੀਆ ਵਿੱਚ ਸ਼ੇਅਰ ਕਰ ਸਕਾਂ, ਦੱਸ ਸਕਾਂ। ਮੈਂ ਉਹ ਗੀਤ ਨੂੰ ਜ਼ਰੂਰ ਸੁਣਾਵਾਂਗਾ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓਗੇ। ਤੁਹਾਨੂੰ ਇਜਾਜ਼ਤ ਪੂਰੀ ਹੈ ਕਿ ਤੁਸੀਂ ਆਪਣੀ ਤਿਆਰੀ ਕਰੋ। ਹਾਂਜੀ, ਗੋਡ ਬਲੈਸ ਯੂ ਜਗਤਾਰ ਜੀ। ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬਈ ਜਦੋਂ ਮੈਂ ਲੋਕਾਂ ਨੂੰ ਦੇਖਦਾ ਹੈਗਾ ਆਪਣੇ ਤੋਹਫਿਆਂ ਨਾਲ, ਮਤਲਬ ਆਪਣੇ ਟੈਲੈਂਟ ਨਾਲ ਖੁਦਾ ਦੀ ਸੇਵਾ ਔਰ ਖੁਦਾ ਦਾ ਕਲਾਮ ਨੂੰ ਹੋਰ ਵੀ ਬਣਾਉਂਦੇ ਹੈਗੇ। ਕਲੋਸ਼ੀਅਨਸ 3:23-24 ਟੈਲਸ ਅਸ ਦੈਟ ਐਵਰੀਥਿੰਗ ਵੀ ਡੂ ਸ਼ੁੱਡ ਬੀ ਫੋਰ ਕ੍ਰਾਈਸਟ, ਵਟ ਐਵਰ ਯੂ ਡੂ ਵਰਕ ਹਾਰਡਲੀ ਐਜ਼ ਫੋਰ ਦ ਲੋਰਡ ਐਂਡ ਨੋਟ ਫੋਰ ਮੈਨ, ਨੋਇੰਗ ਦੈਟ ਫਰੋਮ ਦ ਲੋਰਡ ਯੂ ਵਿਲ ਰਿਸੀਵ ਦ ਇਨਹੈਰੀਟੈਂਸ ਐਜ਼ ਯੋਰ ਰਿਵਾਰਡ। ਯੂ ਆਰ ਸਰਵਿੰਗ ਦ ਲੋਰਡ ਕ੍ਰਾਈਸਟ, ਸੋ ਹਾਊ ਐਗਜੈਕਟਲੀ ਆਰ ਵੀ ਟੂ ਯੂਜ਼ ਦੀਸ ਟੈਲੈਂਟਸ ਫੋਰ ਹਿਮ, ਬਾਏ ਬਲੈਸਿੰਗ ਅਦਰਸ ਐਂਡ ਬਿਲਡਿੰਗ ਹਿਸ ਕਿੰਗਡਮ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਤੁਸੀਂ ਸਾਡਾ ਸਾਥ ਦਿੱਤਾ ਹੈਗਾ। ਅੰਟਿਲ ਨੈਕਸਟ ਟਾਈਮ, ਜੈ ਮਸੀਹੀ। ਹੁਣ ਆਖਿਰ ਦੇ ਵਿੱਚ ਜੁਗਤਾਰ ਜੀ ਸਾਨੂੰ ਇੱਕ ਹੋਰ ਗਾਣਾ ਸੁਣਾਉਣਗੇ। ਯੇਸੂ ਬੱਦਲਾਂ ਤੇ ਆਉਣਾ, ਯੇਸੂ ਬੱਦਲਾਂ ਤੇ ਆਉਣਾ, ਅਸੀਂ ਨਾਲ ਹੀ ਜਾਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ ਯੇਸੂ ਬੱਦਲਾਂ ਤੇ ਆਉਣਾ, ਯੇਸੂ ਬੱਦਲਾਂ ਤੇ ਆਉਣਾ, ਅਸੀਂ ਨਾਲ ਜਾਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ। ਯੇਸੂ ਪਾਪੀਆਂ ਤੇ ਰੋਗੀਆਂ ਨੂੰ ਵਾਜਾਂ ਪੀਆਂ ਮਾਰੇ, 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 ਤੂੰ ਵੀ ਆ ਜਾਇਓ ਦੇ ਕੋਲੀ, ਤੂੰ ਵੀ ਆ ਜਾਇਓ ਦੇ ਕੋਲੀ, ਜੇ ਤੂੰ ਚੰਗਾ ਹੋਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ ਬੰਦੇ ਕਰ ਲੈ ਤਿਆਰੀ, ਜੇ ਤੂੰ ਨਾਲ ਜਾਣਾ ਏ। If you like the show, please make sure you hit the subscribe button now. Turn on those notifications so you don't miss the next show. Keep watching and stay blessed.